ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ ਸਤਿ ਸ੍ਰੀ ਅਕਾਲ ਜੀ ਨਮਸਤੇ ਆਦab ਸੋ ਕੋਆਪਰੇਟਿਵ ਇਨਸਪੈਕਟਰ ਦੀ ਤੁਹਾਨੂੰ ਪਤਾ ਕਿ ਜਿਹੜੀ ਆ ਵੈਕੈਂਸੀ ਆਊਟ ਹੋ ਚੁੱਕੀ ਆ ਸੋ ਕੋਆਪਰੇਟ ਇਨਸਪੈਕਟਰ ਵਾਸਤੇ ਮੈਂ ਕੱਲ ਹੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਪ੍ਰੋਪਰ ਨੋਟੀਫਿਕੇਸ਼ਨ ਨੂੰ ਆਪਾਂ ਡਿਟੇਲ ਦੇ ਵਿੱਚ ਪੜਿਆ ਸੀਗਾ ਕਿ ਕੀ ਕੀ ਗੱਲਬਾਤ ਆ ਸਿਲੇਬਸ ਕੀ ਕੀ ਆ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਰਾਈਟ ਐਸ ਹੁਣ ਆਪਾਂ ਇੱਕ ਕੋਰਸ ਆ ਜਿਹੜਾ ਕਿ ਕ੍ਰੀਏਟ ਕਰਨਾ ਹੈ ਕੋਆਪਰੇਟ ਇਨਸਪੈਕਟਰ ਵਾਸਤੇ ਕੀ ਕੀ ਉਹਦੇ ਵਿੱਚ ਹੋਊਗਾ ਕੀ ਕੀ ਗੱਲਾਂ ਬਾਤਾਂ ਉਹਦੇ ਵਿੱਚ ਹੋਣਗੀਆਂ ਕਿਵੇਂ ਕਿਵੇਂ ਪੜਾਇਆ ਜਾਊਗਾ ਕੀ ਕੀ ਤੁਹਾਨੂੰ ਮਿਲੇਗਾ ਉਹਨਾਂ ਸਾਰਿਆਂ ਬਾਰੇ ਚਰਚਾ ਆਪਾਂ ਇੱਥੇ ਕਰਨੀ ਹੈ ਤੇ ਪਲੱਸ ਨੈਤ ਤਹਿਸੀਲਦਾਰ ਦੀ ਜਿਹੜੀ ਤਿਆਰੀ ਕਰਦੇ ਆ ਉਹ ਵੀ ਇਸ ਵੀਡੀਓ ਨੂੰ ਸੁਣ ਲੈਣ ਕਿਉਂਕਿ ਨੈਤ ਤਹਿਸੀਲਦਾਰ ਤੇ ਕੋਆਪਰੇਟਿਵ ਇਨਸਪੈਕਟਰ ਦਾ ਜਿਹੜਾ ਪੇਪਰ ਦਾ ਪੈਟਰਨ ਹੋਊਗਾ ਬਿਲਕੁਲ ਸੇਮ ਹੈ ਤੇ ਲੈਵਲ ਵੀ ਜਿਹੜਾ ਹੈਗਾ ਉਹ ਆਲਮੋਸਟ ਜਾਂ ਤੁਸੀਂ ਕਹਿ ਸਕਦੇ ਹੋ ਸਾਰਾ ਹੀ ਸੇਮ ਹੋਣ ਦੇ ਚਾਂਸ ਜ਼ਿਆਦਾ ਬਣਦੇ ਨੇ ਰਾਈਟ ਸੋ ਆਪਾਂ ਦੋਨਾਂ ਨੂੰ ਹੀ ਬੇਸਿਕਲੀ ਕੰਪੇਅਰ ਕਰਕੇ ਸਮਝਾਂਗੇ ਇੱਕ ਪਾਸੇ ਤੁਹਾਡਾ ਹੈਗਾ ਨੈਬ ਤਹਿਸੀਲਦਾਰ ਜਿਹੜੇ ਇਸ ਦੀ ਤਿਆਰੀ ਕਰਦੇ ਹਾਲਾਂਕਿ ਸਾਰੇ ਹੀ ਇਸ ਦੀ ਤਿਆਰੀ ਕਰਦੇ ਹੋਣਗੇ ਐਂਡ ਜੋ ਕੋਆਪਰੇਟਿਵ ਇਨਸਪੈਕਟਰ ਦੀ ਤਿਆਰੀ ਕਰਦੇ ਨੇ ਰਾਈਟ ਆ ਕੋਆਪਰੇਟਿਵ ਇਨਸਪੈਕਟਰ ਰਾਈਟ ਐਸੋ ਸਿਲੇਬਸ ਤੁਸੀਂ ਪੜ੍ਹ ਲਿਆ ਹੋਊਗਾ ਸੋ ਸਿਲੇਬਸ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਅੰਤਰ ਨਹੀਂ ਹੈਗਾ ਰਾਈਟ ਨੈ ਤਹਿਸੀਲਦਾਰ ਹੋ ਗਿਆ ਕੋਆਪਰੇਟਿਵ ਇਨਸਪੈਕਟਰ ਹੋ ਗਿਆ ਯਾਨੀ ਕਿ ਜਿਹੜਾ ਤੁਹਾਡਾ ਇਹਦੇ ਵਿੱਚ ਪੋਰਸ਼ਨ ਆਉਣਾਗਾ ਉਹ ਜੀਕੇ ਹੈ जीके इंटरनेशनल नेशनल ਇੰਪੋਰਟੈਂਸ ਰਾਈਟ ਹੋ ਗਿਆ ਐਂਡ ਤੁਹਾਡਾ ਹੈਗਾ ਦੂਸਰਾ ਜਿਹੜਾ ਹੈਗਾ ਰੀਜ਼ਨਿੰਗ ਦਾ ਪੋਰਸ਼ਨ ਰੀਜ਼ਨਿੰਗ ਦੇ ਪੋਰਸ਼ਨ ਨੂੰ ਤੁਸੀਂ ਇਹਦੇ ਵਿੱਚ ਜੋ ਹੈਗਾ ਲੌਜੀਕਲ ਰੀਜ਼ਨਿੰਗ ਹੋ ਗਿਆ ਐਂਡ ਮੈਂਟਲ ਅਬਿਲਿਟੀ ਯਾਨੀ ਰੀਜ਼ਨਿੰਗ ਹੀ ਆਉਗੀ ਬਹੁਤ ਜਾਣੇ ਕਨਫਿਊਜ਼ ਕਰ ਦਿੰਦੇ ਆਪਦੇ ਆਪ ਨੂੰ ਤੇ ਦੂਸਰੇ ਨੂੰ ਵੀ ਕਿ ਮੈਥ ਆਊਗਾ ਬਹੁਤ ਇੰਸਟੀਚੂਟ ਆ ਜਿਹੜੇ ਮੈਥ ਨੂੰ ਕਲੇਮ ਕਰਦੇ ਬਟ ਜੇਕਰ ਤੁਸੀਂ ਕੋਪਰੇਟ ਇਨਸਪੈਕਟਰ ਨੂੰ ਦੇਖੋ ਪਹਿਲਾ ਪਿਛਲਾ ਪੇਪਰ ਦੇਖੋ ਤਾਂ ਇੱਕ ਵੀ ਕੁਐਸਚਨ ਮੈਥ ਦਾ ਨਹੀਂ ਸੀਗਾ ਐ ਨੈਪਥੀਲਦਾਰ ਦਾ ਵੀ ਸੇਮ ਰਾਈਟ ਪਰ ਹਾਂ ਕੁਝ ਪੀਪੀਐਸਸੀ ਨੇ ਪਿਛਲੇ ਪੇਪਰ ਲਏ ਆ 2020 ਦੇ ਵਿੱਚ ਜਿਦੇ ਵਿੱਚ ਉਹਨਾਂ ਨੇ ਰੀਜ਼ਨਿੰਗ ਕਹਿ ਕੇ ਕੁਝ ਪੋਰਸ਼ਨ ਮੈਥ ਦਾ ਪਾਤਾ ਐਂਡ ਉਹ ਕੁਝ ਪੋਰਸ਼ਨ ਜੋ ਮੈਥ ਦਾ ਹੈਗਾ ਉਹ ਕਿਹੜਾ ਹੈਗਾ ਜ਼ਿਆਦਾ ਡੀਆਈ ਹੈ ਜਾਂ ਫਿਰ ਤੁਹਾਡਾ ਥੋੜਾ ਬਹੁਤ ਅਲਜੈਬਰਾ ਕਹਿ ਸਕਦੇ ਹੋ ਜਾਂ ਤੁਸੀਂ ਕਹਿ ਸਕਦੇ ਹੋ ਐਵਰੇਜ ਯਾਨੀ ਕੁਝ ਐਸੇ ਚੈਪਟਰ ਜਿਹੜੇ ਕਿ ਰੀਜ਼ਨਿੰਗ ਬੇਸਡ ਸੋਚੇ ਜਾ ਸਕਦੇ ਨਹੀਂ ਰਾਈਟ ਹਾਲਾਂਕਿ ਮੈਂ ਮੰਨਦਾ ਨਹੀਂ ਕਿ ਇਹ ਕੋਈ ਇਹਨਾਂ ਨੂੰ ਪਾਉਣਾ ਚਾਹੀਦਾਗਾ ਪਰ ਪਾਏ ਤਾਂ ਆਪਾਂ ਇਹਨਾਂ ਦੀ ਤਿਆਰੀ ਵੀ ਵਿੱਚ ਹੀ ਕਰ ਲਾਂਗੇ ਡੀਆ ਹੀ ਹੋ ਗਿਆ ਅਲਜੇਬਰਾ ਹੋ ਗਿਆ ਈਵਨ ਕਿ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਥ ਦੇ ਲੈਕਚਰ ਵੀ ਆਪਾਂ ਇਹਦੇ ਵਿੱਚ ਕਰ ਲਾਂਗੇ ਪਰ ਮੇਰਾ ਜੇਕਰ ਯਕੀਨ ਮੰਨੋ ਤਾਂ ਰੀਜ਼ਨਿੰਗ ਕਰੋਂਗੇ ਤਾਂ ਜਿਆਦਾ ਵਧੀਆ ਰਹੂਗੇ ਐਂਡ ਘੱਟ ਸਿਲੇਬਸ ਬਣੂਗਾ ਸੋ ਦਿਮਾਗ ਜਿਆਦਾ ਖੱਪੂਗਾ ਨਹੀਂ ਚਲੋ ਖੈਰ ਤਾਂ ਨੈਪ ਤਹਿਸੀਲਦਾਰ ਤੇ ਕੋਆਪਰੇਟਿਵ ਇਨਸਪੈਕਟਰ ਬੇਸਿਕਲੀ ਸਿਲੇਬਸ ਬਿਲਕੁਲ ਸੇਮ ਹੈ ਆਪਾਂ ਜੀਕੇ ਪਲਸ ਰੀਜਨਿੰਗ ਹੀ ਪੜ੍ਹਨੀ ਆ ਐਂਡ ਮੈਥ ਵੀ ਜੋ ਐਕੂਰੇਟ ਹੋਗਾ ਜੋ ਪੇਪਰ ਦੇ ਵਿੱਚ ਆਊਗਾ ਸਿਰਫ ਉਹਨਾਂ ਹੀ ਮੈਥ ਪੜ੍ਹਨਾਗਾ ਬਿਲਕੁਲ ਦਿਮਾਗ ਲਾ ਕੇ ਆਇਨੀ ਵੀ ਸਾਰਾ ਮੈਥ ਕਰਨ ਦੀ ਕੋਈ ਜ਼ਰੂਰਤ ਬਿਲਕੁਲ ਨਹੀਂ ਹੈਗੀ ਰਾਈਟ ਸੋ ਹੁਣ ਬੇਸਿਕਲੀ ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ ਹੈਗਾ ਓਬਵੀਅਸ ਗੱਲ ਆ ਉਹ ਕੋਆਪਰੇਟ ਇਨਸਪੈਕਟਰ ਕੋਰਸ ਬਾਰੇ ਹੀ ਜਾਣਨਾ ਚਾਹੁੰਦਾਗਾ ਵੀ ਬਹੁਤ ਸਾਰੇ ਮੈਸੇਜ ਮੈਨੂੰ ਆ ਚੁੱਕੇ ਆ ਕਿ ਸਾਰੇ ਇਹਦੇ ਬਾਰੇ ਦੱਸ ਦਿਓ ਸੋ ਜੇਕਰ ਇਹਦੇ ਬਾਰੇ ਜਾਣਨਾ ਚਾਹੁੰਦੇ ਤਾਂ ਹੁਣ ਇਹਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਕਰਨੀਆਂ ਉਹ ਮੈਂ ਤੁਹਾਨੂੰ ਸਾਰੀਆਂ ਇੱਥੇ ਸਮਝਾਉਂਗਾ ਕਿ ਕਿਵੇਂ-ਕਿਵੇਂ ਆਪਾਂ ਜਿਹੜਾ ਹੈਗਾ ਇਸ ਪੋਰਸ਼ਨ ਨੂੰ ਪੜ੍ਹ ਸਕਦੇ ਆ ਰਾਈਟ ਹੁਣ ਸਿੱਧੀ ਜੀ ਗੱਲ ਆ ਜੇਕਰ ਤੁਸੀਂ ਨੈਪ ਤਹਿਸੀਲਦਾਰ ਵਾਸਤੇ ਤਿਆਰੀ ਕਰਦੇ ਹੋ ਤੁਹਾਨੂੰ ਸਿਲੇਬਸ ਦਾ ਪਤਾ ਆਲਰੇਡੀ ਤੁਸੀਂ ਉਹਦੇ ਬਾਰੇ ਸਿ ਪੜ ਚੁੱਕੇ ਹੋ ਰਾਈਟ ਕੋਆਪਰੇਟ ਇਨਸਪੈਕਟਰ ਵਾਸਤੇ ਇਹ ਸਪੈਸ਼ਲ ਆਪਣੀ ਕੋਰ ਕੋਆਪਰੇਟਿਵ ਇਨਸਪੈਕਟਰ ਮੈਨੂੰ ਲੱਗਦਾ ਮੈਂ ਸਕਰੀਨ ਵਾਈਟ ਹੀ ਕਰ ਲਾਂ ਤਾਂ ਜਿਆਦਾ ਵਧੀਆ ਜਾਂ ਬਲੈਕ ਕਰ ਲੈਂਦੇ ਹਣਾ ਬਲੈਕ ਜਿਆਦਾ ਵਧੀਆ ਰਹੋ ਬਲੈਕ ਹਾਂ ਤਾਂ ਬਲੈਕ ਜਿਆਦਾ ਵਧੀਆ ਠੀਕ ਹੈ ਓਕੇ ਚਲੋ ਤਾਂ ਹੁਣ ਕੋਆਪਰੇਟਿਵ ਇਨਸਪੈਕਟਰ ਇਸ ਕੋਰਸ ਦੇ ਵਿੱਚ ਕੀ ਕੀ ਤੁਹਾਨੂੰ ਮਿਲੂਗਾ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਤੇ ਕਿਵੇਂ-ਕਿਵੇਂ ਆਪਾਂ ਸਿਲੇਬਸ ਨੂੰ ਕਵਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਇੱਕੋ ਇੱਕ ਪੇਪਰ ਹੈ ਜਿਹਨੂੰ ਮੈਂ ਮੰਨਦਾ ਕਿ ਨੋਟੀਫਿਕੇਸ਼ਨ ਬਿਲਕੁਲ ਐਸੇ ਟਾਈਮ ਤੇ ਆਈ ਹੈ ਜਿੱਥੇ ਆਪਾਂ ਨੂੰ ਪਤਾ ਹੈ ਕਿ ਹੁਣ ਆਪਣੇ ਕੋਲੇ ਟਾਈਮ ਹੈਗਾ ਇਹ ਯਾਨੀ ਆਪਣੇ ਕੋਲੇ ਜੇਕਰ ਤੁਸੀਂ ਇਹ ਸਮਝੋ ਕਿ ਮੋਟਾ-ਮੋਟਾ ਟਾਈਮ ਜਿਹੜੇ ਕੋਲੇ ਆਪਣੇ ਕੋਲੇ ਹੈਗਾ 3 ਮਹੀਨਿਆਂ ਦਾ ਟਾਈਮ ਤੁਹਾਡੇ ਕੋਲੇ ਹੈਗਾ ਇਹ ਮੈਂ ਮੰਨ ਕੇ ਚੱਲਦਾ ਯਾਨੀ 3 ਮਹੀਨਿਆਂ ਦਾ ਆਪਣੇ ਕੋਲੇ ਟਾਈਮ ਹੈਗਾਗਾ ਇਆਣੀ ਇਸ ਤੋਂ ਪਹਿਲਾਂ ਪੇਪਰ ਆ ਜੇ ਆਪਣੀ ਕਿਸਮਤ ਖਰਾਬ ਹੋਊਗੀ ਪਰ ਜੇ ਆਪਣੀ ਕਿਸਮਤ ਨੇ ਸਾਥ ਦੇਣਾਗਾ ਜਾਂ ਐਂ ਕਹ ਲਓ ਵੀ ਇਹ ਪੇਪਰ ਤੁਹਾਡੇ ਵਾਸਤੇ ਹੀ ਆਇਆ ਤਾਂ 3 ਮਹੀਨੇ ਆਪਣੇ ਵਾਸਤੇ ਬਹੁਤ ਆ ਕਿਸੇ ਵੀ ਸਿਲੇਬਸ ਨੂੰ ਕਵਰ ਕਰਨ ਵਾਸਤੇ 3 ਮਹੀਨੇ ਬਹੁਤ ਆ ਤੇ ਆਪਾਂ 2 ਜਾਂ 2.5 ਮਹੀਨਿਆਂ ਦੇ ਵਿੱਚ ਜਿਹੜਾ ਸਿਲੇਬਸ ਆ ਉਹ ਖਤਮ ਕਰ ਲਾਂ ਰਾਈਟ ਇੱਕ ਨਵੀਂ ਸਟਰੈਟਜੀ ਦੇ ਨਾਲ ਇਸ ਤੋਂ ਪਹਿਲਾਂ ਪਟਵਾਰੀ ਇਸ ਤੋਂ ਪਹਿਲਾਂ ਨੈਤ ਤਸ਼ੀਲਦਾਰ ਇਸ ਤੋਂ ਪਹਿਲਾਂ ਅਕਸਾਈਜ਼ ਇਨਸਪੈਕਟਰ ਇਸ ਤੋਂ ਪਹਿਲਾਂ ਬਹੁਤ ਸਾਰੇ ਕੋਰਸ ਆ ਜਿਨ੍ਹਾਂ ਦੇ ਵਿੱਚ ਵੀਡੀਓਜ਼ ਕਾਮਨ ਰਹਿ ਜਾਂਦੀਆਂ ਸੀ ਕਾਮਨ ਇਨ ਦਾ ਸੈਂਸ ਵੀ ਪਾਲਿਟੀ ਆਪਾਂ ਪਟਵਾਰੀ ਦੇ ਵਿੱਚ ਵੀ ਉਹੀ ਪੜ ਰਹੇ ਹਾਂ ਐਕਸਾਈਜ਼ ਇਨਸਪੈਕਟਰ ਦੇ ਵਿੱਚ ਵੀ ਉਹੀ ਪੜ ਰਹੇ ਹਾਂ ਐਸਆਈ ਦੇ ਵਿੱਚ ਵੀ ਉਹੀ ਪੜ ਰਹੇ ਹਾਂ ਹਾਲਾਂਕਿਵੇਂ ਉਹ ਨਹੀਂ ਕਹਿੰਦਾ ਕਿ ਉਹਨਾਂ ਦੇ ਨਾਲ ਕੋਈ ਤੁਹਾਡਾ ਨੁਕਸਾਨ ਹੋਇਆ ਹੋਊਗਾ ਫਾਇਦਾ ਹੀ ਹੈ ਓਬਵੀਅਸ ਗੱਲ ਆ ਪਰ ਜਦੋਂ ਬਹੁਤ ਸਾਰੇ ਪੇਪਰ ਆ ਜਾਂਦੇ ਹੌਸਟਪੋਚ ਹੋ ਜਾਂਦਾ ਹੈ ਹਨਾ ਇੱਕ ਟਾਰਗੇਟ ਕਰਨਾ ਕਿਸੇ ਖਾਸ ਮਕਸਦ ਲਈ ਉਹ ਲੈਕਚਰ ਬਿਲਕੁਲ ਪ੍ਰੋਪਰ ਡੈਡੀਕੇਟ ਰਹਿੰਦੇ ਉੱਥੇ ਜ਼ਿਆਦਾ ਆਪਣਾ ਫਾਇਦਾ ਹੁੰਦਾ ਰਾਈਟ ਚਲੋ ਤਾਂ ਬੇਸਿਕਲੀ ਇੱਕ ਨਵੀਂ ਸਟਰੈਟਜੀ ਦੇ ਨਾਲ ਮੈਂ ਇਸ ਕੋਰਸ ਨੂੰ ਲਾਂਚ ਕਰ ਰਿਹਾ ਹਾਂ ਨਵੀਂ ਸਟਰੈਟਜੀ ਦੇ ਨਾਲ ਪੜਾਂਗੇ ਕਿਵੇਂ ਕਿਵੇਂ ਪੜਾਂਗੇ ਕੀ ਕੀ ਗੱਲਬਾਤ ਆ ਉਹਦੇ ਬਾਰੇ ਆਪਾਂ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਕੋਆਪਰੇਟਿਵ ਇਨਸਪੈਕਟਰ ਤੇ ਇਹਦੇ ਵਿੱਚ ਜਿਹੜਾ ਮੇਜਰ ਪੋਰਸ਼ਨ ਤੁਹਾਡਾ ਜੀਕੇ ਦਾ ਮੈਂ ਉਹਦੀ ਹੀ ਗੱਲ ਕਰੂੰਗਾ ਜੀਕੇ ਦਾ ਪੋਰਸ਼ਨ ਹੈ ਤੇ ਜੀਕੇ ਦੇ ਪੋਰਸ਼ਨ ਨੂੰ ਜਿਹੜਾ ਕਵਰ ਕਰਨਾ ਉਹਦੇ ਵਾਸਤੇ ਕਿਹੜੇ ਕਿਹੜੇ ਸਬਜੈਕਟ ਆ ਤੇ ਕਿਵੇਂ ਕਿਵੇਂ ਕੋਆਪਰੇਟਿਵ ਇਨਸਪੈਕਟਰ ਪਹਿਲਾ ਪੇਪਰ ਪਾਉਂਦਾ ਰਿਹਾ ਉਹਦੇ ਬਾਰੇ ਆਪਾਂ ਚਰਚਾ ਕਰਦੇ ਆਂ ਈਵਨ ਕਿ ਨੈਪਚੀਲਦਾਰ ਦੀ ਵੀ ਮੈਂ ਨਾਲ ਨਾਲ ਹੀ ਗੱਲ ਕਰ ਰਿਆਂਗਾ ਰਾਈਟ ਜਿਵੇਂ ਕਿ ਜੇਕਰ ਮੈਂ ਪਹਿਲਾ ਪੋਰਸ਼ਨ ਕਹਾ ਤਾਂ ਪਹਿਲਾ ਪੋਰਸ਼ਨ ਤੁਹਾਡਾ ਜਿਵੇਂ ਕਿ ਪਾਲਿਟੀ ਆ ਦੂਸਰਾ ਤੁਹਾਡਾ ਹੈਗਾ ਜੀ ਹਿਸਟਰੀ ਰਾਈਟ ਤੀਸਰਾ ਜਿਹੜਾ ਤੁਹਾਡਾ ਹੈਗਾ ਜੀ ਉਹ ਪੰਜਾਬ ਜੀਕੇ ਚੌਥਾ ਤੁਹਾਡਾ ਆ ਗਿਆ ਜੀਓਗ੍ਰਾਫੀ ਪੰਜਵਾਂ ਤੁਹਾਡਾ ਜਨਰਲ ਸਾਇੰਸ 6 ਮਾ ਤੁਹਾਡਾ ਪੋਰਸ਼ਨ ਆ ਜਿਹੜਾ ਉਹ ਐਨਵਾਇਰਨਮੈਂਟ 7ਵਾਂ ਪੋਰਸ਼ਨ ਜਿਹੜਾ ਤੁਹਾਡਾ ਹੈਗਾ ਇਕਨੋਮਿਕਸ 8ਵਾਂ ਪੋਰਸ਼ਨ ਤੁਹਾਡਾ ਹੈਗਾ ਸਟੈਟਿਕ ਜੀਕੇ ਐਂਡ 9ਵਾਂ ਪੋਰਸ਼ਨ ਤੁਹਾਡਾ ਹੈਗਾ ਕਰੰਟ ਅਫੇਅਰਸ ਰਾਈਟ ਹੁਣ ਮੈਂ ਕੱਲੇ-ਕੱਲੇ ਪੋਰਸ਼ਨ ਬਾਰੇ ਐਵੇਂ ਦੱਸੂਗਾ ਕਿ ਕਾਪਰਟੈਂਟ ਇੰਸਪੈਕਟਰ ਜਾਂ ਨਵੇਂ ਤਹਿਸੀਲਦਾਰ ਦੇ ਵਿੱਚੋਂ ਮੇਜਰ ਪੋਰਸ਼ਨ ਤੁਹਾਡਾ ਕਿਵੇਂ ਆ ਸਕਦਾ ਹੈ ਪੇਪਰ ਦੇ ਵਿੱਚ ਜੇ ਪਿਛਲੇ ਪੈਟਰਨ ਦੀ ਆਪਾਂ ਗੱਲ ਕਰੀਏ ਜੇ ਪਿਛਲੇ ਪੈਟਰਨ ਦੀ ਆਪਾਂ ਪਿਛਲੇ ਪੈਟਰਨ ਨੂੰ ਥੋੜਾ ਜਿਹਾ ਸਮਝ ਸਕੀਏ ਤਾਂ ਪਿਛਲੇ ਪੈਟਰਨ ਨੂੰ ਜੇਕਰ ਸਮਝਣਾ ਹੈਗਾ ਤਾਂ ਤੁਹਾਨੂੰ ਇੱਕ ਚੀਜ਼ ਸਮਝਣੀ ਪਊਗੀ ਜੋ ਪੋਲਿਟੀ ਐਂਡ ਹਿਸਟਰੀ ਪੋਲਿਟੀ ਐਂਡ ਹਿਸਟਰੀ ਤੁਹਾਡਾ 50% ਪੇਪਰ ਕਵਰ ਕਰ ਦੂਗਾ ਯਾਨੀ ਪੋਲਿਟੀ ਤੁਹਾਡਾ 50% ਪੇਪਰ ਕਵਰ ਕਰ ਦੋ ਇਵਨ ਕੇ 60% ਵੀ ਕਰ ਸਕਦਾ ਹੈ ਪੋਲਿਟੀ ਐਂਡ ਹਿਸਟਰੀ 50 ਟੂ 60% 50 ਟੂ 60% ਤੁਹਾਡਾ ਪੋਰਸ਼ਨ ਇਹੀ ਕਵਰ ਕਰ ਦੂ ਯਾਨੀ ਤੁਹਾਡਾ ਜਿਹੜਾ ਮੇਨ ਮਕਸਦ ਪਹਿਲਾ ਹੋਣਾ ਚਾਹੀਦਾ ਕਿ ਪੋਲੀਟੀ ਹਿਸਟਰੀ ਇਸ ਤਰੀਕੇ ਦੇ ਨਾਲ ਹੋ ਜੇ ਕਿ ਕੁਐਸਚਨ ਜਿਹੜਾ ਮਰਜ਼ੀ ਹੋਵੇ ਬਸ ਆਉਣਾ ਚਾਹੀਦਾ ਜਿਹੜਾ ਮਰਜ਼ੀ ਕੁਐਸਚਨ ਹੋਵੇ ਇਹਦੇ ਵਿੱਚ ਮੈਂ ਕਰੰਟ ਅਫੇਅਰ ਨਹੀਂ ਕਰ ਰਿਹਾ ਐਡ ਪੋਲੀਟੀ ਦੇ ਕਰੰਟ ਅਫੇਅਰ ਐਡ ਬਣ ਗਿਆ ਜਿਹੜਾ ਜੋ ਸਟੈਟਿਕ ਪੋਰਸ਼ਨ ਹੈ ਜਿਹੜਾ ਕਦੇ ਨਹੀਂ ਬਦਲਦਾ ਪੋਲੀਟੀ ਪੋਲੀਟੀ ਹੋ ਗਿਆ ਹਿਸਟਰੀ ਹੋ ਗਿਆ ਇਤਿਹਾਸ ਤਾਂ ਚਲੋ ਬਦਲਦਾ ਹੀ ਨਹੀਂ ਇਤਿਹਾਸ ਤਾਂ ਇਤਿਹਾਸ ਹੈ ਨਾ ਤਾਂ ਕਹਿਣ ਦਾ ਮਤਲਬ ਪੋਲੀਟੀ ਐਂਡ ਹਿਸਟਰੀ 50 ਟੂ 60% ਤੁਹਾਡਾ ਕਵਰ ਕਰੂਗਾ ਰਾਈਟ ਇਸ ਤੋਂ ਬਾਅਦ ਤੁਹਾਡਾ ਪੰਜਾਬ ਜੀ ਕੇ ਦਾ ਜਿਹੜਾ ਪੋਰਸ਼ਨ ਹੈ ਉਹ 10% ਹੀ ਹੈ ਕੋਈ ਬੜਾ ਜਿਆਦਾ ਪੰਜਾਬ ਜੀਕੇ ਦੇ ਵਿੱਚ ਮੱਥਾ ਮਾਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਪੰਜਾਬ ਜੀਕੇ ਮੱਥਾ ਕੀ ਪੰਜਾਬ ਆਪਣਾ ਬਹੁਤ ਛੋਟਾ ਰਹਿ ਗਿਆ ਸੋ ਪੰਜਾਬ ਦੀ ਹਿਸਟਰੀ ਜਾਂ ਬਹੁਤ ਸਟੈਟਿਕ ਪੋਰਸ਼ਨ ਜਿਹੜੇ ਕਿ ਤੁਸੀਂ ਉਹ ਇੱਕ ਵਾਰੀ ਪੜ ਲਓ ਬਸ ਉੱਥੋਂ ਕੁਐਸਚਨ ਆ ਜਾਂਦੇ ਆ ਰਾਈਟ ਸੋ 50 ਟੂ 60% 10% ਤੁਹਾਡਾ ਇਹ ਕਵਰ ਕਰਦਾ ਯਾਨੀ ਜੇ ਤੁਸੀਂ ਐ ਮੰਨੋ ਵੀ ਪੋਲੀਟੀ ਹਿਸਟਰੀ ਐਂਡ ਪੰਜਾਬ ਨੂੰ ਤੁਸੀਂ ਇਹ ਮੰਨੋ ਤਾਂ 60 ਤੋਂ 65% ਹੈ ਜਿਹੜਾ ਤੁਹਾਡਾ ਸਿਲੇਬਸ ਇਹੀ ਕਵਰ ਕਰਦਾਗਾ ਰਾਈਟ ਤੇ ਉਸ ਤੋਂ ਬਾਅਦ ਤੁਸੀਂ ਆਜੋ ਸਟ੍ਰੈਟੇਜੀ ਕੀਤੇ ਸਟੈਟਿਕ ਜੀਕੇ ਜਿਹੜਾ ਤੁਹਾਡਾ ਇਹ ਕੰਮ ਆਊਗੀ ਤੁਹਾਨੂੰ 5 ਤੋਂ ਲੈ ਕੇ 10% 5 ਤੋਂ ਲੈ ਕੇ 10% ਤੁਹਾਨੂੰ ਇਹ ਕੰਮ ਆਊਗੀ ਕਿਉਂਕਿ ਸਟੈਟਿਕ ਜੀ ਕਿਹਦਾ ਮੇਜਰ ਪੋਰਸ਼ਨ ਤੁਹਾਡਾ ਪੋਲੀਟੀ ਦੇ ਵਿੱਚ ਵੀ ਕਵਰ ਹੋ ਜਾਂਦਾ ਹਿਸਟਰੀ ਦੇ ਵਿੱਚ ਵੀ ਕਵਰ ਹੋ ਜਾਂਦਾ ਪੰਜਾਬ ਜੀ ਕਿਹਦੇ ਸਟੈਟਿਕ ਜੀ ਕਿ ਇਹਨਾਂ ਤੋਂ ਹੀ ਆਉਂਦੀ ਆ ਤੇ ਜਿਹੜੇ ਆਰਟ ਐਂਡ ਕਲਚਰ ਰਹਿ ਗਿਆ ਡਾਂਸਿਸ ਰਹਿ ਗਏ ਉਹ 5-10% ਰਹਿ ਜਾਂਦੇ ਉਹ ਤੁਹਾਡਾ ਮੈਂ ਅੱਡ ਪਾਤਾ ਰਾਈਟ ਹੁਣ ਤੁਸੀਂ ਐਂ ਦੇਖੋ ਵੀ ਜਿਹੜਾ ਮੇਜਰ ਪੋਰਸ਼ਨ ਹੈ ਇਸ ਤੋਂ ਬਾਅਦ ਕਰੰਟ ਅਫੇਅਰ ਕਰੰਟ ਅਫੇਅਰ ਵੀ ਤੁਹਾਡੇ 10% ਆ ਜਿਹੜਾ ਹਿੱਸਾ ਕਵਰ ਕਰਨਗੇ 10% ਦਾ ਮਤਲਬ ਜੇਕਰ ਹੁਣ ਮੰਨ ਲਓ ਫਾਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ 80 ਕੁਐਸਚਨ ਹੈ 80 ਕੁਐਸਚਨਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ 80 ਕੁਐਸਚਨਾਂ ਦੇ ਵਿੱਚੋਂ ਤੁਹਾਨੂੰ 15 ਕੁਐਸਚਨ 15 ਕੁਐਸਚਨ ਜਾਂ ਕੈਨੋ ਵੀ 8-9 ਕੁਐਸਚਨ ਮਿਲ ਜਾਣਗੇ ਹਣਾ 80 ਦਾ 10% 8 ਬਣਦਾ ਹੈਗਾ ਥੋੜਾ ਬਹੁਤ ਵਧਾ ਲਓ 10 ਤੋਂ 15% ਕਰ ਲਓ ਹਣਾ ਤੁਹਾਨੂੰ ਉਹ ਕਰੰਟ ਅਫੇਅਰ ਦੇ ਮਿਲ ਸਕਦੇ ਆ ਪਰ ਉਹੀ ਗੱਲ ਹੈ ਵੀ ਇੰਨਾ ਕੁ ਪੋਰਸ਼ਨ ਤੁਹਾਨੂੰ ਇਹ ਜਿਵੇਂ ਕਹਿੰਦੇ ਨੇ ਵੀ ਆਪਾਂ ਇੱਕ ਰੈਗੂਲਰ ਤੌਰ ਤੇ ਵੀ ਪੜਾਂਗੇ ਤਾਂ ਤਾਂ ਵੀ ਕਵਰ ਹੋ ਜਾਊਗਾ ਤਾਂ ਮੇਜਰ ਪੋਰਸ਼ਨ ਕਿਹੜਾ ਰਹਿ ਗਿਆ ਪੋਲਿਟੀ ਹਿਸਟਰੀ ਪੰਜਾਬ ਜੀਕੇ ਇਹ ਤੁਹਾਡਾ ਕਿਸੇ ਵੀ ਹਾਲਤ 'ਚ ਇੰਨਾ ਵਧੀਆ ਤਰੀਕੇ ਦੇ ਨਾਲ ਕੰਪਲੀਟ ਹੋਣਾ ਚਾਹੀਦਾ ਪਰ ਉਹ ਹੀ ਗੱਲ ਹੈ ਵੀ ਜਿਵੇਂ ਤੁਸੀਂ ਪਟਵਾਰੀ ਵਾਸਤੇ ਪੜਿਆ ਫਿਰ ਉਹ ਇਨਫ ਨਹੀਂ ਹੈਗਾ ਜਾਂ ਤੁਸੀਂ ਈਵਨ ਕਿ ਐਕਸਾਈਜ਼ ਇਨਸਪੈਕਟਰ ਵਾਸਤੇ ਵੀ ਪੜਿਆ ਫਿਰ ਵੀ ਉਹ ਇਨਫ ਨਹੀਂ ਹੈਗਾ ਰਾਈਟ ਕਿਉਂਕਿ ਕੁਸ਼ਣ ਆ ਕੋਸ਼ ਤੁਹਾਨੂੰ ਫਿਰ ਵੀ ਡਿਟੇਲ ਦੇ ਵਿੱਚ ਐਸਾ ਐਕਸਟਰਾ ਪੜਨਾ ਪਊਗਾ ਉਹ ਤੁਹਾਨੂੰ ਤਿਆਰ ਕਰਨੀ ਪਊਗਾ ਇਸ ਤੋਂ ਬਾਅਦ ਆ ਗਿਆ ਤੁਹਾਡਾ ਜੀਓਗ੍ਰਾਫੀ ਫਿਰ ਤੁਹਾਡਾ ਆ ਗਿਆ ਜਨਰਲ ਸਾਇੰਸ ਸੋ ਇਹ ਹੁਣ ਇਹ ਪੋਰਸ਼ਨ ਹੈ ਜਿਹੜਾ ਪੰਜਾਬ ਅਗਜ਼ਾਮਸ ਦੇ ਵਿੱਚ ਜਾ ਕੇ ਇਹਨੂੰ ਪੀਪੀਐਸਸੀ ਇਹਨੂੰ ਘੱਟ ਛੇੜਦੀ ਐ ਪੀਸੀਐਸ ਨੂੰ ਛੱਡ ਕੇ ਪੀਸੀਐਸ ਆਡਾ ਠੀਕ ਐ ਪਰ ਜੀਓਗ੍ਰਾਫੀ ਦੇ ਵਿੱਚ ਵੀ ਆਪਾਂ ਜੇਕਰ ਮੇਜਰ ਮੇਜਰ ਪੋਰਸ਼ਨ ਦੇਖੀਏ ਤਾਂ ਇੱਕ ਤਾਂ ਆਪਣਾ ਯੂਨੀਵਰਸ ਐ ਯੂਨੀਵਰਸ ਦੇ ਵਿੱਚ ਵੀ ਤੁਸੀਂ ਜਿਹੜਾ ਪੜਦੇ ਹੋ ਪਲੈਨੈਟਸ ਬਾਰੇ ਪੜ ਲਿਆ ਆਪਣੇ ਸਾਰੇ ਹਨ ਉਹਨਾਂ ਬਾਰੇ ਜਾਂ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੇਅਰਜ਼ ਦੀਆਂ ਚਾਹੇ ਉਹ ਧਰਤੀ ਦੇ ਲੇਅਰਾਂ ਦੀ ਗੱਲ ਕਰ ਲੋ ਚਾਹੇ ਸੂਰਜ ਦੀਆਂ ਲੇਅਰਾਂ ਦੀ ਗੱਲ ਕਰ ਲੋ ਜੋ ਇੰਪੋਰਟੈਂਟ ਲੇਅਰਜ਼ ਐ ਯਾਨੀ ਫਿਜ਼ੀਕਲ ਜੀਓਗ੍ਰਾਫੀ ਐ ਜਿਹੜੀ ਤੁਹਾਡੀ ਉਹ ਇਹਦੇ ਵਿੱਚ ਤੁਹਾਨੂੰ ਮੇਜਰ ਫਿਜ਼ੀਕਲ ਜੀਓਗ੍ਰਾਫੀ ਦਾ ਰਾਈਟ ਤੇ ਇੱਕ ਦਾ ਕੁਐਸਚਨ ਤੁਹਾਨੂੰ ਇੰਡੀਅਨ ਜੀਓਗ੍ਰਾਫੀ ਤੋਂ ਮਿਲ ਸਕਦਾ ਹੈਗਾ ਜਿਹਦੇ ਵਿੱਚ ਰਿਵਰਸ ਵਗੈਰਾ ਆ ਜਾਣਗੇ ਜਾਂ ਗੰਗਾ ਡਰੇਨੇਜ ਸਿਸਟਮ ਵਗੈਰਾ ਆ ਜਾਂਦਾਗਾ ਰਾਈਟ ਯਾਨੀ ਇੰਨਾ ਜਿਆਦਾ ਮੇਜਰ ਪੋਰਸ਼ਨ ਤੁਹਾਨੂੰ ਇਹਦੇ ਵਿੱਚੋਂ ਨਹੀਂ ਆਉਂਦਾ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਪੜ੍ਹਨਾ ਨਹੀਂ ਪੜ੍ਹਨਾ ਤਾਂ ਆਪਾਂ ਸਾਰਾ ਹੀ ਹੈ ਪਰ ਮੈਂ ਇੱਕ ਇੱਕ ਡਿਫਰੈਂਸ਼ੀਏਟ ਕਰ ਰਿਹਾ ਕਿ ਕਿ ਪੇਪਰ ਕਿਵੇਂ ਕਿਵੇਂ ਤੁਹਾਨੂੰ ਆਉਂਦਾਗਾ ਯਾ ਪੇਪਰ ਆਉਣ ਦੇ ਅਸਾਰ ਜ਼ਿਆਦੇ ਆ ਰਾਈਟ ਇਸ ਤੋਂ ਬਾਅਦ ਜਨਰਲ ਸਾਇੰਸ ਹੈ ਜਿਹੜੀ ਇਹ ਜ਼ਿਆਦਾਤਰ ਤੁਹਾਨੂੰ ਕਰੰਟ ਅਫੇਅਰ ਦੇ ਨਾਲ ਹੀ ਰਿਲੇਟ ਆਉ ਯਾਨੀ ਜਿਹੜਾ ਆਹ 10 ਇਨੇ ਵਿੱਚ ਹੀ ਹੋ ਜਾਊਗਾ ਜਨਰਲ ਸਾਇੰਸ ਤੇ ਜਾਂ ਫਿਰ ਮਾੜਾ ਮੋਟਾ ਜੋ ਡੇਲੀ ਜਿਵੇਂ ਆਪਾਂ ਗੈਸ ਦੀ ਗੱਲ ਕਰਦੇ ਵੀ ਇਸ ਗੈਸ ਤੇ ਯੂਸੇਸ ਕੀ ਆਏ ਗੈਸ ਆ ਜੋ ਹੈਗੀ ਆ ਕਿੱਥੇ ਕਿੱਥੇ ਕੰਮ ਆਉਂਦੀ ਹੈ ਡੇਲੀ ਬੇਸਿਸ ਤੇ ਹਣਾ ਜੋ ਆਪਾਂ ਗੱਲ ਕਰਦਾ ਟਿਊਬ ਦੇ ਵਿੱਚ ਕਿਹੜੀ ਗੈਸ ਆ ਫਲਾਨੇ ਤੇ ਹੋਂ ਕਿਹਦੇ ਵਿੱਚ ਜਾਂ ਆਪਾਂ ਕਾਰਬਨ ਕੰਪਾਊਂਡ ਬਾਰੇ ਪੜ੍ਹਦੇ ਆ ਆਕਸੀਜਨ ਬਾਰੇ ਪੜ੍ਹਦੇ ਆ ਜਾਂ ਯਾਨੀ ਕਿ ਡੇਲੀ ਬੇਸਿਸ ਤੇ ਜਾਂ ਫਿਰ ਕਰੰਟ ਅਫੇਅਰ ਦੇ ਨਾਲ ਹੀ ਬੇਸਿਕਲੀ ਰਿਲੇਟ ਆਉਂਦਾ ਯਾਨੀ ਜਨਰਲ ਸਾਇੰਸ ਵੀ ਇੰਨਾ ਜ਼ਿਆਦਾ ਨਹੀਂ ਆਉਂਦਾ ਫਿਜ਼ਿਕਸ ਦੇ ਵਿੱਚ ਚਲੇ ਜਾਊਂਗੇ ਤਾਂ ਉੱਥੇ ਵੈਕਟਰ ਕੁਆਂਟੀਟੀ ਵਗੈਰਾ ਰਾਈਟ ਹਾਲਾਂਕਿ ਇਹਦੇ ਵਿੱਚ ਮੇਜਰ ਪੋਰਸ਼ਨ ਇੰਨਾ ਜ਼ਿਆਦਾ ਨਹੀਂ ਆਉਂਦਾ ਯਾਨੀ ਤੁਸੀਂ ਇਹਨੂੰ 2 ਜਾਂ 3% ਹੀ ਕਹਿ ਸਕਦੇ ਹੋ ਜੇ ਅਲੱਗ ਤੋਂ ਸਾਇੰਸ ਨੂੰ ਦੇਣਾ ਹੋਵੇ 2-3% ਰਾਈਟ ਸਿਮਿਲਰਲੀ ਤੁਹਾਡਾ এনवायरमेंट ਹੈ এনवायरमेंट ਤੁਹਾਡਾ ਜੀਓਗ੍ਰਾਫੀ ਦੇ ਨਾਲ ਹੀ ਰਿਲੇਟ ਹੋ ਕੇ ਆ ਜਾਂਦਾ ਹੈ एनवायरनमेंट ਤੁਹਾਡਾ ਜੀਓਗ੍ਰਾਫੀ ਦੇ ਨਾਲ ਰਿਲੇਟ ਹੋ ਕੇ ਆ ਜਾਂਦਾ ਯਾਨੀ ਜੋ ਤੁਹਾਡਾ ਯੂਨੀਵਰਸਮ ਹੋ ਗਿਆ ਲੇਅਰਸ ਹੋ ਗਈਆਂ ਉਹ ਇਹਦੇ ਨਾਲ ਹੀ ਰਿਲੇਟ ਹੋ ਕੇ ਆ ਜਾਣਾ ਐਂਡ ਜੇ ਤੁਹਾਨੂੰ এনवायरमेंट ਤੋਂ ਵੀ ਕੋਈ ਨਾ ਕੋਈ ਕੁਐਸਚਨ ਆਇਆ ਉਹ ਵੀ ਕਰੰਟ ਅਫੇਅਰ ਦੇ ਨਾਲ ਹੀ ਰਿਲੇਟ ਹੋ ਕੇ ਆ ਜਾਊਗਾ ਰਾਈਟ ਕਿਉਂਕਿ এনवायरमेंट ਵਾਸਤੇ ਆਪਣੀ ਜੋ ਗਵਰਨਮੈਂਟ ਆ ਉਹ ਕੁਐਸਚਨਾਂ ਕੁਝ ਕਰਦੀ ਰਹਿੰਦੀ ਆ ਰਾਈਟ ਇਸ ਤੋਂ ਬਾਅਦ ਤੁਹਾਡਾ ਇਕਨੋਮਿਕਸ ਦਾ ਪੋਰਸ਼ਨ ਆ ਗਿਆ ਹੁਣ ਇਕਨੋਮਿਕਸ ਦੇ ਵਿੱਚ ਵੀ ਉਹੀ ਹੈ ਬੜਾ ਸਟੈਟਿਕ ਜਿਆ ਪੋਰਸ਼ਨ ਆ 5 ਇਅਰ ਪਲਾਨ ਤੋਂ ਕੁਐਸਚਨ ਆਜੂਗਾ ਤੁਹਾਨੂੰ ਜਾਂ ਇਕਨੋਮਿਕਸ ਜਿਹੜੀਆਂ ਟਰਮਸ ਆ ਡੈਫੀਨੇਸ਼ਨਸ ਆ ਉਹਨਾਂ ਤੋਂ ਕੁਐਸਚਨ ਤੁਹਾਨੂੰ ਆ ਜਾਂਦਾ ਯਾਨੀ ਇੱਥੋਂ ਵੀ ਕੋਈ ਬਹੁਤਾ ਜ਼ਿਆਦਾ ਡਿਟੇਲ ਦੇ ਵਿੱਚ ਕੁਐਸਚਨ ਨਹੀਂ ਆਉਂਦਾ ਐਂਡ ਜੇ ਆਇਆ ਤਾਂ ਫਿਰ ਉਹ ਵੀ ਕਰੰਟ ਅਫੇਅਰ ਤੋਂ ਆ ਜਾਊਗਾ ਰਾਈਟ ਹੈ ਹੁਣ ਤੁਸੀਂ ਇੱਥੋਂ ਜਾਣਿਆ ਕੀ ਅੱਛਾ ਇੱਕ ਦਿਮਾਗ ਦੇ ਵਿੱਚੋਂ ਇਹ ਕੱਢ ਦਿਓ ਕਿ ਇਹ ਪੀਸੀਐਸ ਲੈਵਲ ਦਾ ਪੇਪਰ ਆਊਗਾ ਪੀਸੀਐਸ ਲੈਵਲ ਕੁਝ ਹੋਰ ਹੈ ਠੀਕ ਹੈ ਪੀਸੀਐਸ ਲੈਵਲ ਤਾਂ ਤੁਸੀਂ ਉੱਥੋਂ ਤੱਕ ਤਾਂ ਪਹੁੰਚ ਹੀ ਨਹੀਂ ਸਕਦੇ ਆਪਾਂ ਸਿੱਧੀ ਜੀ ਗੱਲ ਕਹਿਣਾ ਨਹਿਰ ਤਹਿਸੀਲਦਾਰ ਦੀ ਤਿਆਰੀ ਕਰਦੇ ਹੋ ਚਾਹੇ ਤੁਸੀਂ ਕੋਪਰੇਟ ਇਨਸਪੈਕਟਰ ਦੀ ਕਰਦੇ ਹੋ ਉਹ ਅੱਡ ਗੱਲ ਆ ਕਿ ਮੈਂ ਉਸ ਲੈਵਲ ਤੱਕ ਤੁਹਾਨੂੰ ਟੱਚ ਕਰਵਾਦਾ ਕਿ ਦੇਖੋ ਆਹ ਟੱਚ ਕਰਕੇ ਦੇਖੋ ਲੈਵਲ ਥੋੜਾ ਜਿਹਾ ਮਹਿਸੂਸ ਹੋਇਆ ਜਾਂ ਨਹੀਂ ਟੱਚ ਕਰਵਾ ਦੂੰਗਾ ਪਰ ਬਲੀਵ ਮੀ ਕਿ ਉਨਾਂ ਜਿਆਦਾ ਪੜਨ ਦੀ ਲੋੜ ਨਹੀਂ ਹੈਗੀ ਹਾਂ ਇੰਨਾ ਜ਼ਰੂਰ ਮੈਂ ਕਹਿ ਸਕਦਾ ਕਿ ਜੇਕਰ ਤੁਸੀਂ ਇੱਥੇੋਂ ਆਹ ਪਟਵਾਰੀ ਹੈ ਤੁਹਾਡਾ ਆਹ ਤੁਹਾਡਾ ਐਕਸਰਸਾਈਜ਼ ਹੈ ਰਾਈਟ ਆਹ ਤੁਹਾਡਾ ਕੋਆਪਰੇਟਿਵ ਹੈ ਇਨਸਪੈਕਟਰ ਹੈ ਆਹ ਤੁਹਾਡਾ ਨੈਪ ਚੀੜਦਾ ਹੈ ਰਾਈਟ ਜੇ ਤੁਸੀਂ ਇਹਨੂੰ 4 ਨੰਬਰ ਦੇ ਦਿਨੋ ਇਹਨੂੰ 3 ਦੇ ਲੋ ਇਹਨੂੰ 2 ਦੇ ਲੋ ਇਹਨੂੰ 1 ਦੇ ਲੋ ਐਨ ਐਨ ਨਹੀਂ ਫਰਕ ਹੈ ਪਟਵਾਰੀ ਥੱਲੇ ਆ ਜਾਓ ਐਕਸਾਈਜ਼ ਥੋੜਾ ਜਿਹਾ ਲੈਵਲ ਲਾ ਲਓ ਠੀਕ ਹੈ ਤੇ ਜਾਂ ਐਂ ਕਹਿ ਲੋ ਪਟਵਾਰੀ ਦਾ ਜਿਹੜਾ ਮੇਨਸ ਪੇਪਰ ਸੀਗਾ ਉਹ ਇਕੁਇਵਲੈਂਟ ਸੀਗਾ ਐਕਸਾਈਜ਼ ਦੇ ਇਨਸਪੈਕਟਰ ਦੇ ਬਰਾਬਰ ਹਾਲਾਂਕਿ ਐਕਸਾਈਜ਼ ਦਾ ਸਿਲੇਬਸ ਚੇਂਜ ਹੋ ਗਿਆ ਸੀਗਾ ਇਸ ਕਰਕੇ ਤੁਸੀਂ ਲੈਵਲ ਉਸ ਤਰੀਕੇ ਨਾਲ ਮੇਜਰ ਕਰ ਨਹੀਂ ਸਕਦੇ ਠੀਕ ਹੈ ਇਸ ਤੋਂ ਬਾਅਦ ਕੋਪਰੇਟ ਇਨਸਪੈਕਟਰ ਆ ਗਿਆ ਕੋਪਰੇਟ ਇਨਸਪੈਕਟਰ ਆ ਗਿਆ ਨੈਪ ਛਿਲਦਾਰ ਆ ਗਿਆ ਯਾਨੀ ਇਹਨਾਂ ਦਾ ਪੇਪਰ ਹੈ ਜਿਹੜਾ ਉਹ ਆਲ ਮਿਸਟਰ ਹੈ ਜਿਹੜ ਜਿਆਦਾ ਚਾਂ ਸਕਦੇ ਇਸ ਤੋਂ ਬਾਅਦ ਤੁਹਾਡਾ ਫਿਰ ਪੀਸੀਐਸ ਹੁੰਦਾ ਜਿਹੜਾ ਪ੍ਰੀਲਿਮਜ਼ ਹੈ ਤੇ ਇਹਦਾ ਸਿਲੇਬਸ ਸੱਚੀ ਵਾਸਟ ਹੁੰਦਾ ਤੇ ਇਹਦੇ ਵਿੱਚ ਤਾਂ ਬਹੁਤ ਤਰੀਕੇ ਦੇ ਕੁਐਸਚਨ ਆਉਂਦੇ ਆ ਬਹੁਤ ਵਧੀਆ ਲੈਵਲ ਦੇ ਕੁਐਸਚਨ ਆਉਂਦੇ ਆ ਐਂਡ ਵਨ ਲਾਈਨਰ ਨਹੀਂ ਆਉਦੇ ਜ਼ਿਆਦਾਤਰ ਸਟੇਟਮੈਂਟ ਵਾਲੇ ਕੁਐਸਚਨ ਆਉਂਦੇ ਆ ਹਾਲਾਂਕਿ ਪੰਜਾਬ ਪੀਸੀਐਸ ਦੇ ਵਿੱਚ ਤੁਹਾਨੂੰ ਵਨ ਲਾਈਨਰ ਵੀ ਕੁਐਸਚਨ ਮਿਲ ਜਾਣਗੇ ਪਰ ਹਾਂ ਸਟੇਟਮੈਂਟ ਵਾਲੇ ਜ਼ਿਆਦਾ ਮਿਲਣਗੇ ਸਟੇਟਮੈਂਟ ਵਾਲੇ ਤੁਹਾਨੂੰ ਕੋਆਪਰੇਟਿਵ ਦੇ ਵਿੱਚ ਵੀ ਮਿਲਣਗੇ ਪਰ ਹਾਂ ਥੋੜਾ ਥੋੜਾ ਫਰਕ ਆਊਗਾ ਠੀਕ ਹੈ ਸੋ ਕਹਿਣ ਦਾ ਮਤਲਬ ਕੀ ਹੈ ਕਿ ਡਰਨ ਦੀ ਲੋੜ ਨਹੀਂ ਤੁਸੀਂ ਪੀਸੀਐਸ ਪ੍ਰੀਲਿਮਸ ਦੀ ਤਿਆਰੀ ਨਹੀਂ ਕਰ ਰਹੇ ਪਹਿਲਾਂ ਤਾਂ ਇਹ ਦਿਮਾਗ ਦੇ ਵਿੱਚੋਂ ਕੱਢ ਜੂ ਕਿ ਸਾਨੂੰ ਪੀਸੀਐਸ ਲੈਵਲ ਦੀ ਤਿਆਰੀ ਕਰਨੀ ਪਊਗੀ ਨਹੀਂ ਪਰ ਹਾਂ ਇਹਦੇ ਲੈਵਲ ਤੋਂ ਉੱਠਣਾ ਪੈਣਾਗਾ ਜੇ ਤੁਸੀਂ ਵਨ ਲਾਈਨਰ ਕਰਦੇ ਰਹੇ ਹੋ ਜਾਂ ਪਟਵਾਰੀ ਸਿੰਪਲ ਸਿੰਪਲ ਸਟੈਟਿਕ ਜੀ ਦੇ ਪੜ੍ਹਦੇ ਰਹੇ ਹੋ ਸੋ ਇਹਦੇ ਤੋਂ ਉੱਤੇ ਤਾਂ ਉੱਠਣਾ ਪਊਗਾ ਹੀ ਪਊਗਾ ਰਾਈਟ ਇਹ ਤਾਂ ਤੁਹਾਨੂੰ ਮੈਂ ਪਹਿਲਾਂ ਪ੍ਰੋਪਰ ਸਿਲੇਬਸ ਸਮਝਾਤਾ ਸਾਰਾ ਕੁਝ ਕਿ ਕਿਵੇਂ-ਕਿਵੇਂ ਇਹ ਕਵਰ ਕਰਦੇ ਹੁਣ ਤੁਸੀਂ ਕਵਰ ਕਿੱਥੋਂ-ਕਿੱਥੋਂ ਕਰਨਾ ਹੈ ਤੇ ਇਸ ਕੋਰਸ ਦੇ ਵਿੱਚ ਕੀ ਕੀ ਕਰਵਾਇਆ ਜਾਊਗਾ ਉਹਦੇ ਬਾਰੇ ਆਪਾਂ ਗੱਲ ਕਰਦੇ ਆਂ ਰਾਈਟ ਤਾਂ ਹੁਣ ਸਭ ਤੋਂ ਪਹਿਲਾਂ ਤਾਂ ਆਜੋ ਭਾਈ ਕਿ ਪੜਾਉਣ ਦਾ ਤਰੀਕਾ ਕੀ ਹੋਊਗਾ ਪੜ੍ਹਾਂਗੇ ਕਿਵੇਂ ਕੀ ਗੱਲਾਂ ਬਾਤਾਂ ਹੋਣਗੀਆਂ ਰਾਈਟ ਅ ਜਿਵੇਂ ਹੁਣ ਮੈਂ ਗੱਲ ਕਰਦਾ ਸਭ ਤੋਂ ਪਹਿਲਾਂ ਪੋਲੀਟੀ ਦੀ ਤੇ ਸਭ ਤੋਂ ਪਹਿਲਾਂ ਮੈਂ ਹਿਸਟਰੀ ਦੀ ਗੱਲ ਕਰਦਾ ਰਾਈਟ ਪਹਿਲਾਂ ਕੀ ਹੁੰਦਾ ਸੀਗੇ ਤੁਹਾਨੂੰ ਪੀਪੀਟੀਜ਼ ਤੋਂ ਪੜਾਇਆ ਜਾਂਦਾ ਸੀ ਪੀਪੀਟੀਜ਼ ਤੋਂ ਠੀਕ ਹੈ ਹੁਣ ਪੀਪੀਟੀਜ਼ ਤੋਂ ਨਹੀਂ ਪੜਾਇਆ ਜਾਊਗਾ ਯਾਨੀ ਜੋ ਪਹਿਲਾਂ ਪੀਪੀਟੀਜ਼ ਮਿਲ ਜਾਂਦੀਆਂ ਸੀ ਵੀ ਸਾਨੂੰ ਕਲਾਸ ਪੀਪੀਟੀਜ਼ ਮਿਲ ਜਾਂਣ ਹੁਣ ਪੀਪੀਟੀਜ਼ ਨੂੰ ਹੁਣ ਕੋਲ ਕੋ ਟਾਈਮ ਪਿਆ ਹੁਣ ਤੁਹਾਨੂੰ ਪ੍ਰੋਪਰ ਪੜ੍ਹਨ ਦਾ ਤਰੀਕਾ ਪਤਾ ਲੱਗੂਗਾ ਕਿ ਕਿਸ ਤਰੀਕੇ ਨਾਲ ਪੜੀਦਾ ਪਹਿਲਾਂ ਤੇ ਇੱਕੋ ਦਮ ਪੇਪਰ ਆ ਗਏ ਬਹੁਤ ਸਾਰਾ ਕੁਝ ਆ ਗਿਆ ਪਚਾਲ ਪੈ ਗਿਆ ਹਨ ਕਦੇ ਦੋ ਲੈਕਚਰ ਇਕੱਠੇ ਪਾਤੇ ਕਦੇ ਚਾਰ ਲੈਕਚਰ ਇਕੱਠੇ ਪਾਤੇ ਕਦੇ ਕੋਈ ਵੀ ਲੈਕਚਰ ਨਹੀਂ ਆਇਆ ਬਹੁਤ ਸਾਰੇ ਪਚਾਲ ਪੈ ਜਾਂਦਾ ਠੀਕ ਹੈ ਯਾਨੀ ਹੁਣ ਤੁਹਾਡਾ ਜਿਹੜਾ ਸ਼ਡਿਊਲ ਰਹੂਗਾ ਉਹ ਪੋਲਿਟੀ ਹਿਸਟਰੀ ਇਕੱਠੇ ਸਟਾਰਟ ਹੋਊਗੀ ਇਕੱਠੇ ਸਟਾਰਟ ਯਾਨੀ ਇਸ ਨੂੰ ਪਹਿਲਾਂ ਕੰਪਲੀਟ ਕੀਤਾ ਜਾਊਗਾ ਠੀਕ ਹੈ ਹੁਣ ਕੱਲੇ-ਕੱਲੇ ਮੈਂ ਲੈਕਚਰ ਦੱਸੂਗਾ ਕਿਵੇਂ-ਕਿਵੇਂ ਤੁਹਾਡੇ ਲੈਕਚਰ ਬਣਨਗੇ ਰਾਈਟ ਹੈ ਕੰਪਲੀਟ ਕੀਤਾ ਜਾਊਗਾ ਹੁਣ ਪਾਲਿਟੀ ਹੈ ਪਾਲਿਟੀ ਦੇ ਘੱਟੋ-ਘੱਟ ਬਣਨਗੇ ਲੈਕਚਰ 30 ਤੋਂ 35 ਰਾਈਟ ਹੈ ਟਾਰਗੇਟ ਆਪਣਾ ਜਿਹੜਾ ਰਹੂਗਾ ਸਿਲੇਬਸ ਨੂੰ ਕਵਰ ਕਰਨ ਦਾ ਟਾਰਗੇਟ ਉਹ ਰਹੂਗਾ 2 ਮਹੀਨੇ ਜਾਂ ਵੱਧ ਤੋਂ ਵੱਧ ਤੁਸੀਂ 2.5 ਮਹੀਨੇ ਕਹਿ ਸਕਦੇ ਹੋ 2 ਮਹੀਨਿਆਂ ਦੇ ਵਿੱਚ ਤੁਹਾਡਾ ਸਿਲੇਬਸ ਕਵਰ ਹੋਊਗਾ 23 ਤੋਂ 35 ਲੈਕਚਰ ਤੁਹਾਡੇ ਪਾਲਿਟੀ ਦੇ ਬਣਨਗੇ ਠੀਕ ਹੈ ਤੇ ਡਿਊਰੇਸ਼ਨ ਜਿਹੜੀ ਹੋਊਗੀ ਉਹ 1 ਤੋਂ ਲੈ ਕੇ 1.5 ਘੰਟਾ ਕਲਾਸ ਦੀ ਡਿਊਰੇਸ਼ਨ 1 ਤੋਂ ਲੈ ਕੇ 1.5 ਘੰਟਾ ਰਹੂਗੀ ਹੀ ਰਹੂਗੀ ਐਂਡ ਇਹਦੇ ਵਿੱਚ ਲਿਖਵਾਇਆ ਜਾਊਗਾ ਲਿਖਵਾਇਆ ਜਾਊਗਾ ਯਾਨੀ ਇਹ ਸਬਜੈਕਟਿਵ ਕਲਾਸ ਹੋਊਗੀ ਤੁਹਾਡੀ ਜਿਹਨੂੰ ਕਹਿ ਲਓ ਡਿਸਕ੍ਰਿਪਟਿਵ ਕਹਿ ਲਓ ਡਿਸਕ੍ਰਿਪਟ ਰਾਈਟ ਆ ਹੁਣ ਪੀਪੀਟੀ ਆ ਨਹੀਂ ਮਿਲਣਗੀਆਂ ਹਾਂ ਇਹ ਜ਼ਰੂਰ ਹੈ ਕਿ ਤੁਹਾਨੂੰ ਕੋਪਰੇਟ ਇੰਸਪੈਕਟਰ ਦੀ ਇੱਕ ਬੁੱਕ ਮਿਲੂਗੀ ਬਹੁਤ ਸੋਹਣੀ ਜਿਹੜੀ ਕਿ ਬਣ ਰਹੀ ਆ ਜਨਵਰੀ ਦੇ ਵਿੱਚ ਆ ਜਾਣੀ ਆ ਉਹ A ਸਕੋਰਸ ਵਾਲਿਆਂ ਨੂੰ ਮਿਲੂਗੀ ਹੀ ਮਿਲੂਗੀ ਕੋਆਪਰੇਟਿਡ ਇਨਸਪੈਕਟਰ ਹੋ ਗਿਆ ਜਾਂ ਫਿਰ ਨੈਬ ਵਾਲੇ ਹੋਗੇ ਜਿਹੜੇ ਆਲਰੇਡੀ ਨੈਬ ਦੇ ਵਿੱਚ ਹੈਗੇ ਆ ਜਾਂ ਕੋਆਪਰੇਟੋਰ ਦੇ ਵਿੱਚ ਜਾਂ ਨੈਬ ਦੇ ਵਿੱਚ ਤਾਂ ਚਲੋ ਓਬਵੀਅਸ ਗੱਲ ਆ ਕਿ ਉਹ ਬਾਅਦ ਦੀ ਗੱਲ ਆ ਕੋਆਪਰੇਟਿਡ ਇਨਸਪੈਕਟਰ ਦੇ ਜਿਹੜੇ ਵਿੱਚ ਆ ਸਟੂਡੈਂਟ ਜਿਹੜੇ ਆਉਣਗੇ ਉਹਨਾਂ ਨੂੰ ਬੁੱਕ ਮਿਲੂਗੀ ਇੱਕ ਬਹੁਤ ਸੋਹਣੀ ਪੀਪੀਐਸਸੀ ਦੇ ਕੁਐਸਚਨ ਬੈਂਕ ਰਾਈਟ ਿਆਣੀ ਕੁਐਸਚਨ ਬੈਂਕ ਹੈ ਕਟੋ ਕਟੋ ਕਿਤਾਬ ਹੈ ਜਿਹੜੀ 6-700 ਪੰਨਿਆਂ ਦੀ ਹੈ 6-700 ਪੇਜ ਦੀ ਬਣੂਗੀ ਰਾਈਟ ਉਹ ਤੁਹਾਨੂੰ ਜ਼ਰੂਰ ਮਿਲੂਗੀ ਉਹ ਗਰੰਟੀ ਮੈਂ ਦੇ ਦੇਣਾ ਬਟ ਉਹ ਜਨਵਰੀ ਦੇ ਵਿੱਚ ਮਿਲੋਗੇ ਜਦੋਂ ਆ ਗੀ ਉਹ ਇਹਦੇ ਵਿੱਚ ਇਨਕਲੂਡ ਇਨਕਲੂਸਿਵ ਹੈ ਰਾਈਟ ਚਲੋ ਖैर ਤਾਂ ਜਿਹੜੇ ਲੈਕਚਰ ਪੜ੍ਹਨਗੇ ਉਹ ਕੁਆਲਿਟੀ ਦੇ 30 35 ਲੈਕਚਰ ਆ ਇੱਕ ਤੋਂ ਲੈ ਕੇ ਡੇਢ ਘੰਟੇ ਤੱਕ ਸਬਜੈਕਟਿਵ ਹੋਗਾ ਯਾਨੀ ਕਲਾਸ ਦੇ ਵਿੱਚ ਜਿਵੇਂ ਡਿਕਟੇਟ ਕੀਤਾ ਜਾਂਦਾਗਾ ਕੱਲੀ-ਕੱਲੀ ਚੀਜ਼ ਸਮਝਾ ਕੇ ਲਿਖਾਈ ਜਾਊਗੀ ਯਾਨੀ ਤੁਹਾਨੂੰ ਪ੍ਰੋਪਰ ਆਪਣੇ ਨੋਟਸ ਬਣਾਉਣੇ ਪੈਣਗੇ ਹੁਣ ਤੱਕ ਇਸ ਤੋਂ ਪਹਿਲਾਂ ਜਿੰਨੇ ਵੀ ਪੇਪਰ ਹੋਇਆ ਮੈਂ ਬੋਲਦਾ ਰਿਹਾ ਵਾਰ-ਵਾਰ ਕਿ ਭਾਈ ਨੋਟਸ ਤਿਆਰ ਕਰਨੇ ਬਹੁਤ ਜ਼ਰੂਰੀ ਆ ਨੋਟਸ ਬਣਾਉਣੇ ਪੈਣੇ ਨੇ ਨੋਟਸ ਬਣਾਉਣੇ ਪੈਣੇ ਨੇ ਪਰ ਕਾਫੀ ਸਟੂਡੈਂਟ ਆ ਜਿਹੜੇ ਨੋਟਸ ਨਹੀਂ ਬਣਾਉਂਦੇ ਪਰ ਹੁਣ ਜੇ ਤੁਸੀਂ ਇਸ ਕੋਰਸ ਦੇ ਵਿੱਚ ਆਉਣਾ ਤਾਂ ਇਹੀ ਸਮਝ ਕੇ ਆਉਣਾ ਕਿ ਜਿਵੇਂ ਸਕੂਲ ਦੇ ਵਿੱਚ ਪੜਨ ਜਾਣੇ ਹੁੰਦੇ ਹਨ ਯਾਨੀ ਕਿ ਤੁਹਾਨੂੰ ਨੋਟਸ ਬਣਾਉਣੇ ਪੈਣਗੇ ਰਾਈਟ ਹੋ ਗਿਆ ਇੱਕ ਤੋਂ ਲੈ ਕੇ ਡੇਢ ਘੰਟੇ ਦੀ ਇੱਕ ਕਲਾਸ ਹੋਊਗੀ ਠੀਕ ਹੈ ਤੇ ਇੱਕ ਤੁਹਾਡੀ ਕਲਾਸ ਹੋਣੀ ਹੈ ਭਾਈ ਹਿਸਟਰੀ ਦੀ ਰਾਈਟ ਹੈ ਹਿਸਟਰੀ ਦੇ ਵਿੱਚ ਵੀ ਤੁਹਾਡੇ ਜਿਹੜੇ 30 ਤੋਂ 35 ਲੈਕਚਰ ਆ ਜਿਹੜੇ ਉਹ ਆਰਾਮ ਨਾਲ ਲੱਗਣਗੇ ਇੱਕ ਤੋਂ ਲੈ ਕੇ ਡੇਢ ਘੰਟੇ ਦੀ ਕਲਾਸ ਆ ਜਿਹੜੀ ਤੁਹਾਡੀ ਇਹ ਹੋਊਗੀ ਰਾਈਟ ਹੁਣ ਆਏ ਮੰਨੋ ਵੀ ਹੁਣ ਆਹ 30 ਤੋਂ ਜਿਹੜੇ 35 ਲੈਕਚਰ ਬਣਦੇ ਆ ਹੁਣ ਤੁਸੀਂ ਐ ਮੰਨ ਲਓ ਵੀ ਹਰ ਰੋਜ਼ ਹੀ ਕਲਾਸ ਲੱਗਣੀ ਹੈ ਯਾਨੀ ਤੁਹਾਡਾ 1 ਮਹੀਨੇ ਦੇ ਵਿੱਚ ਜਿਹੜਾ ਇਹ ਸਿਲੇਬਸ ਆ ਜਿਹੜਾ ਉਹ ਕਵਰ ਹੋ ਜਾਣਾ 1 ਮਹੀਨੇ ਕਹਿ ਲਓ ਤੇ ਜਾਂ ਫਿਰ 40 ਦਿਨ ਕਹਿ ਲਓ ਰਾਈਟ ਇਹ ਤੁਹਾਡਾ ਕਵਰ ਹੋ ਜਾਣਾਗਾ 30 ਜਾਂ 35 ਜਾਂ 40 ਦਿਨਾਂ ਦੇ ਵਿੱਚ ਤੁਹਾਡਾ ਇਹ ਸਿਲੇਬਸ ਖਤਮ ਹੋ ਜਾਣਾਗਾ ਕਿਸੇ ਵੀ ਤਰੀਕੇ ਦੇ ਨਾਲ ਠੀਕ ਹੈ ਕਿਉਂਕਿ ਇਹਦੇ ਵਿੱਚ ਕੁਝ ਆਪਾਂ ਲੈਕਚਰ ਜਿਹੜੇ ਉਹ ਜੋ ਮੈਂ ਕਹਿੰਦਾ ਕਿ ਕਈ ਐਸੇ ਟਾਪਿਕ ਆ ਜਾਂਦੇ ਇੱਕ ਦੋ ਲੈਕਚਰ ਜਾਂ ਤਿੰਨ ਚਾਰ ਲੈਕਚਰ ਐਸੇ ਆ ਜਾਂਦੇ ਜਿਨ੍ਹਾਂ ਦੀ ਡਿਊਰੇਸ਼ਨ ਪੀਰੀਅਡ ਥੋੜੀ ਜਿਹੀ ਘਟ ਜਾਂਦੀ ਹੈ 40 ਮਿੰਟਾਂ ਦਾ ਲੈਕਚਰ ਹੋ ਗਿਆ 45 ਦਾ ਤਾਂ ਉਸ ਦਿਨ ਦੋ ਲੈਕਚਰ ਵੀ ਲੱਗ ਸਕਦੇ ਆ ਜਾਂ ਦੋ ਟਾਪਿਕ ਵੀ ਕਵਰ ਹੋ ਸਕਦੇ ਆ ਪਰ ਲੈਕਚਰ ਤੁਹਾਡੇ ਜਿਹੜੇ ਹੈਗੇ ਭਾਈ ਉਹ 30 ਤੋਂ 35 ਰਹਿਣਗੇ ਹੀ ਰਹਿਣਗੇ ਰਾਈਟ ਹਿਸਟਰੀ ਵੀ ਤੁਹਾਡੀ 30 ਤੋਂ 35 ਰਹੂਗੀ ਰਹੂਗੀ ਰਾਈਟ ਇਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਬਾਕੀ ਤੁਹਾਡਾ ਜਿਵੇਂ ਮਿਸਲੇਨੀਸ ਪੋਰਸ਼ਨ ਰਹਿ ਗਿਆ ਜਿਹਨੂੰ ਆਪਾਂ এনवायरमेंट ਕਹਿ ਦਿੰਨੇ ਆ ਜੀਓਗ੍ਰਾਫੀ ਕਹਿ ਦਿੰਨੇ ਆ ਹਨਾ ਜਿਹਾ ਫਿਰ ਤੁਸੀਂ ਚਲੋ এনवायरमेंट ਤੇ ਜੀਓਗ੍ਰਾਫੀ ਨੂੰ ਮੈਂ ਇਕੱਠਾ ਕਰ ਦਿੰਨਾ ਇਹਦੇ ਤੁਹਾਡੇ ਜਿਹੜੇ ਲੈਕਚਰ ਆਪ 10 ਤੋਂ 15 ਹੀ ਰਹਿਣਗੇ ਕੋਈ ਬਹੁਤ ਆ ਜਿਆਦਾ ਵੱਡਾ ਪੋਰਸ਼ਨ ਇਹਦਾ ਨਹੀਂ ਹੈਗਾ ਠੀਕ ਹੈ ਡਿਊਰੇਸ਼ਨ ਫੇਰ ਸੇਮ 1 ਤੋਂ 1.5 ਘੰਟਾ ਜਿਹੜੀ ਤੁਹਾਡੀ ਕਲਾਸ ਰਹੂਗੀ ਰਾਈਟ 10 ਤੋਂ 15 ਲੈਕਚਰ ਤੁਹਾਡੇ ਇਹ ਜੀਓਗ੍ਰਾਫੀ ਦੇ ਹੋਗੇ ਰਾਈਟ ਇਸ ਤੋਂ ਬਾਅਦ ਸੇਮ ਤੁਹਾਡਾ ਜਿਵੇਂ ਜਨਰਲ ਸਾਇੰਸ ਹੈ ਜਨਰਲ ਸਾਇੰਸ ਹੋ ਗਿਆ ਜਨਰਲ ਸਾਇੰਸ ਆ ਜਿਹੜੀ ਉਹਦੇ ਵੀ ਤੁਹਾਡੇ ਯਾਨੀ ਕਿ 10 ਤੋਂ 12 ਲੈਕਚਰ ਉਹਦੇ ਬਣਨਗੇ ਰਾਈਟ ਜਨਰਲ ਸਾਇੰਸ ਨੇ ਹੋਗੇ ਕਰੰਟ ਅਫੇਅਰ ਦਾ ਹੁਣ ਪੋਰਸ਼ਨ ਹੈ ਜਿਹੜਾ ਉਹ ਤੁਹਾਨੂੰ ਮੈਂ ਅਲੱਗ ਤੋਂ ਦੱਸ ਦਾਂਗਾ ਕਿ ਕਰੰਟ ਅਫੇਅਰ ਕਿਵੇਂ ਕੀਤੇ ਜਾਣਗੇ ਕੀ ਗੱਲਬਾਤ ਹੋਊਗੀ ਰਾਈਟ ਐਸੋ ਬੇਸਿਕਲੀ ਜਿਹੜਾ ਤੁਹਾਡਾ ਮੇਜਰ ਪੋਰਸ਼ਨ ਹੈ ਯਾਨੀ ਕਿ ਉਹ ਆਪਾਂ 1 ਤੋਂ ਲੈ ਕੇ 1.5 ਮਹੀਨੇ ਦੇ ਵਿੱਚ ਵਿੱਚ ਖਤਮ ਕਰ ਦੇਣਾ 1 ਤੋਂ ਲੈ ਕੇ 1.5 ਮਹੀਨੇ ਦੇ ਵਿੱਚ ਖਤਮ ਕਰ ਦੇਣਾ ਤੇ ਬਲੀਵ ਮੀ ਐਸੀ ਪੜਾਈ ਤੁਸੀਂ ਕਦੇ ਨਹੀਂ ਕੀਤੀ ਹੋਣੀ ਐਨੇ ਵਧੀਆ-ਵਧੀਆ ਨੋਟਸ ਤੁਹਾਡੇ ਬਣਨਗੇ ਕਾਪੀਆਂ ਆਪਣੀਆਂ ਤੁਸੀਂ ਜਿਹੜੀਆਂ ਸੋਹਣੀਆਂ ਸੋਹਣੀਆਂ ਬਣਾਉਂਗੇ ਉਸ ਨੋਟਸ ਤੋਂ ਪੜਨ ਦਾ ਨਜ਼ਾਰਾ ਆ ਜਾਊਗਾ ਯਾਨੀ ਕੋਈ ਪੇਪਰ ਦਵੋਗੇ ਤੁਹਾਡੇ ਉਹ ਨੋਟਸ ਸਦਾ ਲਈ ਐਸੇ ਬਣ ਜਾਣਗੇ ਕਿ ਤੁਸੀਂ ਰਿਵੀਜ਼ਨ ਕਰਨੀ ਐ ਜਸਟ ਰਾਈਟ ਬਹੁਤ ਸੋਹਣੇ ਸੋਹਣੇ ਨੋਟਸ ਬਣਨਗੇ ਠੀਕ ਹੈ ਯਾਨੀ ਇਹ ਤੁਹਾਡਾ ਜਿਹੜਾ ਮੇਜਰ ਪੋਰਸ਼ਨ ਖਤਮ ਹੋ ਜਾਣਾ ਹੁਣ ਆ ਗਿਆ ਤੁਹਾਡਾ ਜਿਹੜਾ ਪੰਜਾਬ ਜੀਕੇ ਦਾ ਪੋਰਸ਼ਨ ਪੰਜਾਬ ਜੀਕੇ ਪੰਜਾਬ ਜੀਕੇ ਮੈਂ ਆਲਰੇਡੀ ਬਹੁਤ ਜ਼ਿਆਦਾ ਸੋਹਣੀ ਪੜਾਈ ਹੋਈ ਹੈ ਬਸ ਥੋੜਾ ਜਿਹਾ ਉਹਦੇ ਵਿੱਚ ਐਡ ਆਨ ਨਹੀਂ ਕਰਨਾ ਹੁਣ ਐਡ ਆਨ ਕੀ ਕਰਨਾ ਜਿਹੜਾ ਕਿ ਸਟਾਰਟ ਕਰਾਂਗੇ ਆਪਾਂ ਆਰਟ ਐਂਡ ਕਲਚਰ ਤੋਂ ਆਰਟ ਐਂਡ ਕਲਚਰ ਤੋਂ ਠੀਕ ਹੈ ਆਰਟ ਐਂਡ ਕਲਚਰ ਤੋਂ ਹੀ ਆਪਾਂ ਸਟਾਰਟ ਕਰਾਂਗੇ ਕਿਉਂਕਿ ਪੰਜਾਬ ਦੀ ਜਿਹੜੀ ਹਿਸਟਰੀ ਹੈ ਆਲਰੇਡੀ ਮੈਂ ਬਹੁਤ ਸੋਣੀ ਪੜਾ ਰੱਖੀ ਹੈ ਜਾਂ ਤਾਂ ਮੈਂ ਤੁਹਾਨੂੰ ਐਜ਼ ਇਟ ਇਜ਼ ਉਹ ਦੇ ਦੂੰਗਾ ਤੇ ਠੀਕ ਹੈ ਤੇ ਜਾਂ ਫਿਰ ਐਂ ਕਹ ਲਓ ਵੀ ਇੱਕ ਪ੍ਰੋਪਰ ਤਰੀਕੇ ਦੇ ਨਾਲ ਜਿਵੇਂ ਕਿਹਾ ਮੈਂ ਕਲਾਸ ਨੋਟਸ ਜਿਹੜੇ ਤੁਹਾਨੂੰ ਤੋਂ ਮੈਂ ਬਣਵਾਉਂਗਾ ਉਹ ਤੁਹਾਨੂੰ ਡਿਕਟੇਟ ਮੈਂ ਸਾਰੇ ਕਰੂੰਗਾ ਐਂਡ ਦੁਬਾਰਾ ਸਾਰਾ ਕੁਝ ਸਮਝਾਉਂਗਾ ਰਾਈਟ ਸੋ ਪੰਜਾਬ ਜੀਕੇ ਪੰਜਾਬ ਹਿਸਟਰੀ ਹੈ ਜਿਹੜੀ ਯਾਨਕਿ ਉਹ ਤਾਂ ਕੋਈ ਬੜਾ ਵੱਡਾ ਪੋਰਸ਼ਨ ਨਹੀਂ ਹੈਗਾ ਉਹ 10 15 ਲੈਕਚਰਾਂ ਦੇ ਵਿੱਚ ਮੈਂ ਖਤਮ ਕਰ ਦੂੰਗਾ ਰਾਈਟ ਆਰਟ ਐਂਡ ਕਲਚਰ ਦੇ ਵੀ ਕੋਈ ਬਹੁਤ ਜ਼ਿਆਦਾ ਲੈਕਚਰ ਨਹੀਂ ਬਣਦੇ 5 ਤੋਂ 10 ਲੈਕਚਰ ਹੀ ਇਹਦੇ ਬਣਦੇ ਆ ਸੋ ਇਹ ਵੀ ਆਪਣਾ ਕਵਰ ਹੋ ਜਾਣਾ ਰਾਈਟ ਇੱਕ ਤੁਹਾਡੇ ਨਾਲ ਜਦੋਂ ਇੱਕ ਵਾਰੀ ਕੋਰਸ ਬਣ ਗਿਆ ਇਹ ਯਾਨੀ ਕੋਰਸ ਆਬਵੀਅਸ ਗੱਲ ਮੈਂ ਪਬਲਿਸ਼ ਕਰੂੰਗਾ ਜਦੋਂ ਤੁਸੀਂ ਪਰਚੇਜ਼ ਕਰਨ ਲੱਗੇ ਤੁਹਾਨੂੰ ਇੱਕ ਪ੍ਰੋਪਰ ਯਾਨੀ ਕਿ ਸ਼ਡਿਊਲ ਮਿਲ ਜੂਗਾ ਕਿ ਇਸ ਤਰੀਕੇ ਦੇ ਨਾਲ ਚੱਲੂਗਾ ਕਿਉਂਕਿ ਹੁਣ ਆਪਣੇ ਕੋਲ ਟਾਈਮ ਹੈਗਾ ਇਹ ਸ਼ਡਿਊਲ ਪਹਿਲਾਂ ਕਾਮਯਾਬ ਹੋਇਆ ਸੀ ਪਟਵਾਰੀ ਵੇਲੇ ਪਟਵਾਰੀ ਤੋਂ ਬਾਅਦ ਇਹ ਹੋ ਹੀ ਨਹੀਂ ਸਕਿਆ ਅਕਸਾਈਜ਼ ਇਨਸਪੈਕਟਰ ਦਾ ਪੇਪਰ ਦਾ ਸ਼ਡਿਊਲ ਬਣਾਇਆ ਇੱਕੋਦਮ ਪੇਪਰ ਆ ਗਿਆ ਐਸਆਈ ਵਾਸਤੇ ਬਣਾਇਆ ਇੱਕੋਦਮ ਪੇਪਰ ਆ ਗਿਆ ਤਾਂ ਉੱਥੇ ਜਵਾਕਾਂ ਦਾ ਵੀ ਕੋਈ ਕਸੂਰ ਨਹੀਂ ਮੇਰਾ ਵੀ ਕੋਈ ਕਸੂਰ ਨਹੀਂ ਜਵਾਕ ਕਹਿੰਦੇ ਸਰ ਜੀ ਪੇਪਰ ਆ ਗਿਆ ਜਲਦੀ ਪਾ ਦਿਓ ਤਾਂ ਉਹ ਪੁਰਾਣੇ ਲੈਕਚਰ ਯੂਜ਼ ਕਰਨੇ ਪਏ ਜਾਂਦੇ ਸੀ ਠੀਕ ਹੈ ਸਕੋਰ ਕੇ ਟਾਈਮ ਹੀ ਨਹੀਂ ਮਿਲਦਾ ਇਹਦੇ ਵਿੱਚ ਆਪਣੇ ਕੋਲ ਇੱਕ ਪ੍ਰੋਪਰ ਟਾਈਮ ਹੈਗਾ ਸੋ ਪ੍ਰੋਪਰ ਟਾਈਮ ਟੇਬਲ ਜਿਵੇਂ ਇੱਕ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਕਿਸੇ ਆਫਲਾਈਨ ਦੇ ਵਿੱਚ ਕੋਚਿੰਗ ਸੈਂਟਰ ਦੇ ਵਿੱਚ ਜਾ ਕੇ ਪੜ੍ਹਦੇ ਹਾਂ ਉਸੇ ਤਰੀਕੇ ਦੇ ਨਾਲ ਤੁਹਾਡੀ ਇਹਦੇ ਵਿੱਚ ਪੜ੍ਹਾਈ ਹੋਣੀ ਹੈ ਠੀਕ ਹੈ ਸੋ ਚੱਕਰ ਹੈ ਹੀ ਮੰਨਣ ਦੀ ਲੋੜ ਨਹੀਂ ਰਾਈਟ ਸੋ ਪੰਜਾਬ ਜੀਕੇ ਹੋ ਗਿਆ ਸੁਣ ਤੁਹਾਨੂੰ ਮੈਂ ਇੱਕ ਪਾਸੇ ਲਿਖ ਦਿੰਨਾ ਪ੍ਰੋਪਰ ਕਿ ਭਾਈ ਕਿੰਨੇ ਕਿੰਨੇ ਲੈਕਚਰ ਆ ਇਹਦਾ ਆਪਾਂ ਮੈਂ ਸਕਰੀਨਸ਼ਾਟ ਲੈ ਲਿਓ ਬਾਅਦ ਵਿੱਚ ਤੁਸੀਂ ਜਿਹੜਾ ਹੈਗਾ ਇਹਨੂੰ ਦੇਖ ਸਕਦੇ ਹੋ ਕਿ ਹਾਂ ਇੰਨੇ ਲੈਕਚਰ ਆ ਤਾਂ ਸਾਡੇ ਲੱਗਣਗੇ 30 35 ਲੈਕਚਰ ਤੁਹਾਡੇ ਇਹਦੇ ਆ ਹਿਸਟਰੀ ਆ ਜਿਹੜੀ ਤੁਹਾਡੀ 30 35 ਲੈਕਚਰ ਇਹਦੇ ਆ ਰਾਈਟ ਜੀਓਗ੍ਰਾਫੀ ਹੋ ਗਿਆ ਜਾਂ এনवायरमेंट ਹੋ ਗਿਆ 10 ਤੋਂ 15 ਲੈਕਚਰ ਤੁਹਾਡੇ ਇਹਦੇ ਡੈਫੀਨੇਟਲੀ ਲੱਗਣਗੇ ਜਨਰਲ ਸਾਇੰਸ ਰਾਈਟ 10 ਤੋਂ 12 ਲੈਕਚਰ ਤੁਹਾਡੇ ਇਹਦੇ ਆ ਇਸ ਤੋਂ ਬਾਅਦ ਤੁਹਾਡਾ ਹੁਣ ਜਿਹੜਾ ਰਹਿ ਗਿਆ ਭਾਈ ਉਹ ਕਰੰਟ ਅਫੇਅਰ ਦਾ ਰਹਿ ਗਿਆ ਅੱਛਾ ਇਕਨੋਮਿਕਸ ਆ ਇਕਨੋਮਿਕਸ ਦੇ ਵੀ 10 ਤੋਂ 12 ਲੈਕਚਰ ਹੈ ਸੇਮ ਤੁਸੀਂ ਲਿਖ ਸਕਦੇ ਹੋ ਇੱਥੇ ਇਕਨੋਮਿਕਸ ਇਕਨੋਮਿਕਸ ਦੇ ਵੀ 10 ਤੋਂ 12 ਲੈਕਚਰ ਇਹਦੇ ਵੀ ਲੱਗਣਗੇ ਹੀ ਲੱਗਣਗੇ ਰਾਈਟ 10 ਤੋਂ 12 ਲੈਕਚਰ ਇਹ ਲੱਗਣਗੇ ਹੁਣ ਆਜੋ ਕਰੰਟ ਅਫੇਅਰ ਦੀ ਗੱਲ ਕਰੰਟ ਅਫੇਅਰ ਦੀ ਕਲਾਸ ਲੱਗਣੀ ਹੈ ਹਫਤੇ ਚ ਇੱਕ ਵਾਰੀ ਹੀ ਪਰ ਆਏ ਕਹਿ ਲੋ ਵੀ ਉਸ ਪੂਰੇ ਹਫਤੇ ਦੇ ਕਵਰ ਕਰ ਲਿਆ ਕਰ ਰਹੇ ਯਾਨੀ ਯਾ ਤਾਂ ਸੈਟਰਡੇ ਤੇ ਜਾਂ ਫਿਰ ਸੰਡੇ ਇਹ ਤੁਹਾਨੂੰ ਪਹਿਲਾਂ ਅਪਡੇਟ ਮਿਲ ਜਾ ਕਰੂਗੀ ਵੀ ਭਾਈ ਸੰਡੇ ਕਲਾਸ ਲੱਗੂਗੀ ਜਾਂ ਸੈਟਰਡੇ ਸੈਟਰਡੇ ਜਾਂ ਸੰਡੇ ਤੁਹਾਡੀ ਕਰੰਟ ਅਫੇਅਰ ਦੀ ਜਿਹੜੀ ਕਲਾਸ ਆ ਉਹ ਲੱਗਣੀ ਹੀ ਲੱਗਣੀ ਹੈ ਤੇ ਇਹ ਕਰੰਟ ਅਫੇਅਰ ਜਿਹੜੇ ਤੁਹਾਡੇ ਹੋਣਗੇ ਉਹ ਵੀਕਲੀ ਕਰੰਟ ਅਫੇਅਰ ਹੋਣਗੇ ਯਾਨੀ ਐਂ ਕਹਿ ਲਓ ਵੀ ਅੱਜ ਜਿਵੇਂ 3 ਤਰੀਕ ਹੈ ਤੁਹਾਡਾ ਜਿਹੜਾ ਹੁਣ ਸੰਡੇ ਆਊਗਾ ਯਾਨੀ ਜਾਂ ਐਂ ਕਹਿ ਲਓ ਵੀ ਆਪਾਂ ਉਸ ਤਰੀਕੇ ਨਾਲ ਸਟਾਰਟ ਕਰ ਲਾਂਗੇ ਚਲੋ ਠੀਕ ਹੈ ਵੀ ਜੇ ਮੰਡੇ ਤੋਂ ਆਪਾਂ ਸੈਟਰਡੇ ਕਰ ਲਿਆ ਕਰੀਏ ਵੀ ਆ ਕਵਰ ਹੋ ਜਾਣ ਤਾਂ ਸੰਡੇ ਆ ਜਾਣ ਸਾਰਾ ਕੁਝ ਰਾਈਟ ਹੈ ਤੇ ਨਹੀਂ ਆਪਾਂ ਇਹ ਕਰ ਸਕਦੇ ਹਾਂ ਵੀ 1 ਦਸੰਬਰ ਤੋਂ ਲੈ ਕੇ 7 ਦਸੰਬਰ ਦੇ ਐਵੇਂ ਤੁਹਾਡਾ ਫੋਲਡਰ ਬਣ ਜਾਊਗਾ ਕੋਈ ਨਾ ਕੋਈ ਟਾਈਟਲ ਉਹ ਮੈਂ ਦੇਖ ਲਊਗਾ ਕਿਸ ਤਰੀਕੇ ਨਾਲ ਬਣੂਗਾ ਉਹ ਤੁਹਾਨੂੰ ਚੱਕਰ ਮੰਨਣ ਦੀ ਇੱਥੇ ਲੋੜ ਨਹੀਂ ਹੈਗੀ। ਰਾਈਟ ਆ ਜਾਂ ਤਾਂ 1 ਦਸੰਬਰ ਤੋਂ ਲੈ ਕੇ 7 ਦਸੰਬਰ ਇਹ ਹਫਤਾ ਬਣਦਾ ਤੇ ਜਾਂ ਫਿਰ ਮੰਡੇ ਟੂ ਸੈਟਰਡੇ ਉਹਵੇਂ ਹਫਤਾ ਬਣ ਸਕਦਾ। ਤਾਂ ਜਿਵੇਂ ਵੀ ਹੋਏ ਯਾਨੀ ਇੱਕ ਹਫਤੇ ਦੇ ਜਿਹੜੇ ਵੀਕਲੀ ਕਰੰਟ ਅਫੇਅਰ ਆ ਤੁਹਾਨੂੰ ਉਹ ਕਰਵਾਏ ਜਾਣਗੇ। ਹੁਣ ਕਰੰਟ ਅਫੇਅਰ ਵੀਕਲੀ ਤਾਂ ਇਹ ਐਕਸਪਲੇਨੇਸ਼ਨਲ ਵੀਡੀਓ ਨਾਲ ਕਹਿ ਰਿਹਾ ਮੈਂ ਵੀਡੀਓ ਨਾਲ ਤੇ ਨਾਲ ਇਹਦੇ ਕੀ ਮਿਲੂਗਾ ਤੁਹਾਨੂੰ ਡੇਲੀ ਕਰੰਟ ਅਫੇਅਰ ਮਿਲਣਗੇ। ਡੇਲੀ ਕਰੰਟ ਅਫੇਅਰ ਤੁਹਾਨੂੰ ਮਿਲਣਗੇ ਇਹ ਪੀਡੀਐਫ ਫਾਰਮ ਦੇ ਵਿੱਚ ਮੈਨਗੇ। ਇੱਕ ਤੁਹਾਡਾ ਗਰੁੱਪ ਬਣਿਆ ਪਿਆ ਹੋਊਗਾ ਉੱਥੇ ਪੀਡੀਐਫ ਫਾਰਮ ਦੇ ਵਿੱਚ ਤੁਹਾਨੂੰ ਡੇਲੀ ਕਰੰਟ ਅਫੇਅਰ ਜਿਵੇਂ ਫਾਰ ਐਗਜ਼ਾਮਪਲ ਅੱਜ ਹੋ ਗਿਆ ਕੱਲ ਉਹਨੂੰ ਕਰੰਟ ਅਫੇਅਰ ਤੁਹਾਡੇ ਮਿਲ ਗਏ ਉਹਵੇਂ ਤੁਹਾਨੂੰ ਹਰ ਰੋਜ਼ ਮਿਲਣਗੇ ਇਹ ਇਹਦੇ ਵਿੱਚ 10 ਜਾਂ 15 ਕੁਐਸਚਨ ਡੇਲੀ ਦੇ ਜਿਹੜੇ ਤੁਹਾਡੇ ਕਰੰਟ ਅਫੇਅਰ ਦੇ ਹੁੰਦੇ ਆ ਉਹ ਤੁਹਾਨੂੰ ਮਿਲਣੇ ਹੀ ਮੈਨ ਨਹੀਂ ਮਿਲਣੇ ਹੀ ਮਿਲਣੇ ਆ ਰਾਈਟ ਅਤੇ ਉਸ ਤੋਂ ਬਾਅਦ ਤੁਹਾਨੂੰ ਮਿਲਿਆ ਕਰੂਗਾ ਮੰਥਲੀ ਮੈਗਜ਼ੀਨ ਮੰਥਲੀ ਮੈਗਜ਼ੀਨ ਮਿਲਣਗੇ ਜਿਵੇਂ ਫਾਰ ਐਗਜ਼ਾਮਪਲ ਆਪਣਾ ਦਸੰਬਰ ਦਾ ਮਹੀਨਾ ਖਤਮ ਹੋ ਗਿਆ ਤਾਂ 1 ਜਨਵਰੀ 2 ਜਨਵਰੀ ਨੂੰ ਤੁਹਾਨੂੰ ਜਿਹੜਾ ਹੈਗਾ ਉਹ ਮਿਲ ਜਾ ਕਰਨਾ ਠੀਕ ਹੈ ਤਾਂ ਮੰਥਲੀ ਤੁਹਾਨੂੰ ਮੈਗਜ਼ੀਨ ਮਿਲਣਗੇ ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਨਾ ਕਿ ਭਾਈ ਦਸੰਬਰ ਤੋਂ ਲੈ ਕੇ ਆਪਾਂ ਯਾਨੀ ਐਂ ਕਹ ਲਓ ਵੀ ਫੈਬ ਜਾਂ ਮਾਰਚ ਤੱਕ ਇਹੀ ਕਰੰਟ ਅਫੇਅਰ ਕਰਨੇ ਆ ਇਸ ਤੋਂ ਉੱਤੇ ਆਪਾਂ ਨੂੰ ਕਰੰਟ ਅਫੇਅਰ ਕਰਨ ਦੀ ਲੋੜ ਨਹੀਂ ਹਾਂ ਜਦੋਂ ਨੋਟੀਫਿਕੇਸ਼ਨ ਆ ਗਈ ਪ੍ਰੋਪਰ ਪੇਪਰ ਦੀ ਠੀਕ ਹੈ ਪੇਪਰ ਦੀ ਨੋਟੀਫਿਕੇਸ਼ਨ ਆ ਗਈ ਫਿਰ ਆਪਾਂ ਲਾਸਟ 6 ਮਹੀਨਿਆਂ ਦੇ ਜ਼ਰੂਰ ਕਰ ਲਾਂਗੇ ਲਾਸਟ 6 ਮਹੀਨਿਆਂ ਦੇ ਇੱਕ ਰਿਵੀਜ਼ਨ ਜਿਹੜੀ ਹੈਗੀ ਉਹ ਜ਼ਰੂਰ ਕਰ ਲਾਂਗੇ ਉਹ ਰਿਵੀਜ਼ਨ ਜ਼ਰੂਰ ਕਰ ਲਾਂਗੇ ਪਰ ਜਿਹੜੇ ਡੇਲੀ ਬੇਸਿਸ ਤੇ ਚੱਲਣਾ ਉਹ ਦਸੰਬਰ ਤੋਂ ਹੀ ਚੱਲਾਂਗੇ ਐਂਡ ਫੈਬ ਮਾਰਚ ਤੱਕ ਆਪਾਂ ਚਲਾਵਾਂਗੇ ਠੀਕ ਹੈ ਉਹ ਸ਼ਡਿਊਲ ਤੁਹਾਨੂੰ ਪਤਾ ਸਾਰਾ ਲੱਗ ਜਾਣਾਗਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਲਾਸਟ 6 ਮਹੀਨਿਆਂ ਦੇ ਜਿਹੜੇ ਰਿਵੀਜ਼ਨ ਆ ਉਹ ਪੇਪਰ ਤੋਂ ਪਹਿਲਾਂ ਹੀ ਕਰਾਂਗੇ 15 ਕਿ ਦਿਨ ਪਹਿਲਾਂ ਜਿਹੜੀ ਰਿਵੀਜ਼ਨ ਹੋ ਜੂਗੀ ਫਿਰ ਉਹ ਮਹੀਨਾ ਜਿਹੜਾ ਮਰਜ਼ੀ ਜਾਂਦਾ ਹੋਵੇ ਰਾਈਟ ਮੰਥਲੀ ਮੈਗਜ਼ੀਨ ਤੁਹਾਨੂੰ ਹੁਣ ਮਿਲਣਗੇ ਰਾਈਟ ਹੁਣ ਇਹਦੇ ਵਿੱਚ ਇਨਕਲੂਸਿਵ ਕੀ ਹੈ ਦੇਖੋ ਵੀਕਲੀ ਕਰੰਟ ਫਿਰ ਹੋਗੇ ਯਾਨੀ ਜਿਹੜਾ ਤੁਹਾਡਾ ਕਲਾਸਿਸ ਦਾ ਸ਼ਡਿਊਲ ਹੈ ਕਲਾਸਿਸ ਦਾ ਸ਼ਡਿਊਲ ਹੈ ਉਹ ਜਿਹੜਾ ਹੈਗਾ ਭਾਈ ਉਹ ਸਟਾਰਟ ਹੋ ਜਾਣਾ ਠੀਕ ਹੈ ਉਹ ਸਟਾਰਟ ਹੋ ਜਾਣਾ ਤੁਹਾਡੀ ਜਿਹੜੀ ਹੈਗੀ ਆ ਇੱਕ ਤਾਂ ਪੋਲੀਟੀ ਕਲਾਸ ਰਾਈਟ ਤੇ ਇੱਕ ਤੁਹਾਡੀ ਹੈਗੀ ਆ ਹਿਸਟਰੀ ਕਲਾਸ ਰਾਈਟ ਇਹ ਤੁਹਾਨੂੰ ਕਲਾਸ ਜਿਹੜੀਆਂ ਹੈਗੀਆਂ ਉਹ ਮਿਲਣਗੀਆਂ ਪਰ ਜਦੋਂ ਵੀ ਇਹ ਕਲਾਸ ਆਇਆ ਕਰਨਗੇ ਜਿਹੜੀ ਦੀ ਅਪਡੇਸ਼ਨ ਆ ਉਹ ਤੁਹਾਨੂੰ ਇੱਕ ਦਿਨ ਪਹਿਲਾਂ ਮਿਲ ਜਾਇਆ ਕਰੂਗੀ ਵੀ ਭਾਈ ਅਗਲਾ ਲੈਕਚਰ ਜਿਹੜਾ ਉਹ ਪੋਲੀਟੀ ਦਾ ਲੱਗੂਗਾ ਜਾਂ ਹਿਸਟਰੀ ਦਾ ਲੱਗੂਗਾ ਹੋ ਸਕਦਾ ਪਹਿਲਾਂ ਪੋਲੀਟੀ ਦੇ 10 ਲੈਕਚਰ ਲੱਗ ਜੈਨ ਉਸ ਤੋਂ ਬਾਅਦ ਹਿਸਟਰੀ ਸਟਾਰਟ ਕਰੀਏ ਹੋ ਸਕਦਾ ਪਹਿਲਾਂ ਹਿਸਟਰੀ ਦੇ 10 ਲੈਕਚਰ ਲੱਗ ਜੈਨ ਹੋ ਸਕਦਾ ਪਹਿਲਾਂ ਇੱਕ ਪੋਲੀਟੀ ਦਾ ਇੱਕ ਹਿਸਟਰੀ ਦਾ ਇੱਕ ਪੋਲੀਟੀ ਦਾ ਇੱਕ ਹਿਸਟਰੀ ਦਾ ਉਹਦਾ ਚੱਕਰ ਮਨਨ ਦੀ ਲੋੜ ਨਹੀਂ ਤੁਹਾਡੇ ਕੋਲੇ ਟਾਈਮ ਟੇਬਲ ਜਿਹੜਾ ਇੱਕ ਹਫਤੇ ਦਾ ਇੱਕ ਹਫਤੇ ਦਾ ਟਾਈਮ ਟੇਬਲ ਆ ਜਿਹੜਾ ਤੁਹਾਡੇ ਕੋਲੇ ਉਹ ਬਣ ਕੇ ਆ ਜਾ ਕਰਨਾ ਉਹ ਬਣੂ ਕਿੱਥੇ ਜਿਹੜਾ ਤੁਸੀਂ ਜਦੋਂ ਪਰਚੇਜ਼ ਕਰ ਲੈਣੋ ਇੱਕ ਗਰੁੱਪ ਬਣ ਜਾਂਦਾ ਹੁੰਦਾ ਚੈਟ ਬਾਕਸ ਦੇ ਵਿੱਚ ਚੈਟ ਬਾਕਸ ਦੇ ਵਿੱਚ ਠੀਕ ਹੈ ਉਥੇ ਤੁਹਾਨੂੰ ਟਾਈਮ ਟੇਬਲ ਜਿਹੜਾ ਉਹ ਪ੍ਰੋਪਰ ਮਿਲ ਜਾਇਆ ਕਰਨਾ ਵੀ ਇੱਕ ਹਫਤੇ ਹੁਣ ਕਿਹੜੇ ਕਿਹੜੇ ਕਲਾਸਾਂ ਚੱਲਣੀਆਂ ਆ ਰਾਈਟ ਅਸੋ ਪੋਲੀਟੀ ਕਲਾਸ ਹੋਗੀ ਹਿਸਟਰੀ ਕਲਾਸ ਹੋਗੀ ਐਂਡ ਵੀਕਲੀ ਕਰੰਟ ਅਫੇਅਰ ਹੋਗੇ ਯਾਨੀ ਪਹਿਲੇ ਮਹੀਨੇ ਦਾ ਟਾਰਗੇਟ ਆਪਣਾ ਇਹ ਹੈ ਕਿ ਇਹਨੂੰ ਕਿਸੇ ਤਰੀਕੇ ਦੇ ਨਾਲ ਕਵਰ ਆਪਾਂ ਕਰਨਾ ਹੈ ਇੱਕ ਮਹੀਨਾ ਦਾ ਜਿਹੜਾ ਆਪਣੇ ਕੋਲੇ ਟਾਰਗੇਟ ਹੈ ਇੱਕ ਮਹੀਨਾ ਦਾ ਆਪਣੇ ਕੋਲੇ ਟਾਰਗੇਟ ਹੈ ਰਾਈਟ ਹੋਗੀ ਪੋਲੀਟੀ ਕਲਾਸ ਹੋਗੀ ਤੁਹਾਡੀ ਹਿਸਟਰੀ ਕਲਾਸ ਹੋਗੀ ਵੀਕਲੀ ਆਪਣੇ ਕਾਪੀ ਪੈਨ ਖਰੀਦ ਲਓ ਬਿਲਕੁਲ ਨਵੇਂ-ਨਵੇਂ ਤੇ ਪ੍ਰੋਪਰ ਤਰੀਕੇ ਦੇ ਨਾਲ ਆਏ ਬੈਠਣਾ ਜਿਵੇਂ ਕਲਾਸ ਜਿਵੇਂ ਕਹਿੰਦਾ ਹੁੰਦਾ ਵੀ ਬਸ ਆਸੇ-ਪਾਸੇ ਹੁਣ ਕੁਝ ਨਹੀਂ ਹੁਣ ਮੈਂ ਪੇਪਰ ਕਲੀਅਰ ਕਰਨਾ ਹੀ ਕਰਨਾ ਹੈ ਜਾਂ ਇਹ ਕਹ ਲਓ ਵੀ ਮੈਂ ਆਪਣਾ ਪੂਰਾ ਜ਼ੋਰ ਲਾਉਣਾ ਪੇਪਰ ਕਲੀਅਰ ਆਪਣੀ ਕਿਸਮਤ ਕਰਾ ਦੂਗੀ ਆਪਣੇ ਆਪ ਰਾਈਟ ਸੋ ਪਰ ਆਇਆ ਵੀ ਪੂਰਾ ਪੜਨਾ ਡਿਟੇਲ ਦੇ ਵਿੱਚ ਹੈ ਰੱਟਾ ਕਿਸੇ ਚੀਜ਼ ਨੂੰ ਲਾਉਣਾ ਨਹੀਂ ਮੈਂ ਜਿਵੇਂ ਕਹਿੰਦਾ ਹੁੰਦਾ ਕਿ ਕਨਸੈਪਟ ਵਾਈਜ਼ ਕਨਸੈਪਟ ਵਾਈਜ਼ ਜੇਕਰ ਤੁਸੀਂ ਪੜੋਗੇ ਤਾਂ ਭਾਈ ਜਿਆਦਾ ਵਧੀਆ ਰਹੋਗੇ ਤੇ ਨਹੀਂ ਤਾਂ ਫਿਰ ਭਾਈ ਠੀਕ ਹੀ ਹੈ ਰਾਈਟ ਇਹ ਹੁਣ ਮੈਂ ਸਾਰੇ ਜੀਕੇ ਦੀ ਗੱਲ ਕਰ ਰਿਹਾ ਰੀਜ਼ਨਿੰਗ ਤਾਂ ਹਜੇ ਚਲੋ ਹੈ ਰਾਈਟ ਸੋ ਇਹ ਤੁਹਾਡਾ ਜਿਹੜਾ ਹੈਗਾ 1 ਮਹੀਨਾ ਦਾ ਟਾਰਗੇਟ ਹੈ ਰੀਜ਼ਨਿੰਗ ਵਾਸਤੇ ਧਰਨ ਦੀ ਲੋੜ ਨਹੀਂ ਹੈਗੀ ਰੀਜ਼ਨਿੰਗ ਜਦੋਂ ਵੀ ਸਟਾਰਟ ਹੋਗੀ ਰੀਜ਼ਨਿੰਗ ਦਾ ਐਡਾ ਵੱਡਾ ਪੋਰਸ਼ਨ ਹੈ ਵੀ ਨਹੀਂ ਰੀਜ਼ਨਿੰਗ ਜਦੋਂ ਵੀ ਸਟਾਰਟ ਹੋਗੀ ਉਹ 15 ਜਾਂ 20 ਦਿਨਾਂ ਦੀ ਖੇਡ ਹੈ ਇਸ ਤੋਂ ਉੱਤੇ ਉਹ ਖੇਡ ਨਹੀਂ ਹੈਗੀ ਜੇ ਮੈਨੂੰ ਸਟੂਡੈਂਟਾਂ ਦੇ ਕਾਲ ਆਉਣਗੇ ਮੈਸੇਜ ਆਉਣਗੇ ਕਿ ਸਰ ਮੈਥ ਵੀ ਕਰਵਾ ਦਿਓ ਦੇਖੋ ਮੈਥ ਮੇਰਾ ਆਲਰੇਡੀ ਕੰਪਲੀਟ ਕਰਵਾਇਆ ਹੋਇਆ ਠੀਕ ਹੈ ਮੈਥ ਮੇਰਾ ਆਲਰੇਡੀ ਕੰਪਲੀਟ ਕਰਵਾਇਆ ਹੋਇਆ ਜਿਹੜੇ ਜਿਹੜੇ ਤੁਸੀਂ ਲੈਕਚਰ ਕਹੋਗੇ ਕਿ ਸਾਨੂੰ ਸਰ ਕੋਆਪਰੇਟ ਇਨਸਪੈਕਟਰ ਦੇ ਵਿੱਚ ਆਹ ਲੈਕਚਰ ਦੇ ਦਿਓ ਮੈਂ ਉਹਨਾਂ ਨੂੰ ਐਡ ਕਰ ਦੂੰਗਾ ਠੀਕ ਹੈ ਇਹ ਬਣਿਆ ਹੀ ਪਿਆ ਆਲਰੇਡੀ ਇਹ ਆਲਰੇਡੀ ਬਣਿਆ ਪਿਆ ਸੋ ਮੈਂ ਲੈਕਚਰ ਐਡ ਕਰ ਦੂੰਗਾ ਜਿਵੇਂ ਜਿਵੇਂ ਤੁਹਾਨੂੰ ਚਾਹੀਦੀ ਹੋਣਗੇ ਪਹਿਲਾਂ ਤਾਂ ਮੈਂ ਇੱਕ ਫੋਲਡਰ ਬਣਾ ਕੇ ਸਿਰਫ ਕੋਰਪੋਰੇਟ ਇਨਸਪੈਕਟਰ ਵਾਸਤੇ ਜਾਂ ਨੈਪਥੀਲਰ ਵਾਸਤੇ ਸਿਰਫ ਉਹ ਐਡ ਕਰੂੰਗਾ ਜੇ ਤੁਹਾਨੂੰ ਹੋਰ ਵੀ ਚਾਹੀਦੇ ਭਾਈ ਮੇਰੇ ਕੋਲ ਕੰਪਲੀਟ ਪਿਆ ਮੈਂ ਤਾਂ ਐਡ ਹੀ ਕਰਨਾ ਮੈਂ ਐਡ ਕਰ ਦੂੰਗਾ ਯਾਨੀ ਇਹਨਾਂ ਵਾਸਤੇ ਘਬਰਾਉਣ ਦੀ ਲੋੜ ਨਹੀਂ ਸਾਰਾ ਕੁਝ ਬਣਿਆ ਬਣਿਆ ਪਿਆ ਯਾਨੀ ਇਹ ਤਾਂ 15 ਜਾਂ 20 ਦਿਨਾਂ ਦੀ ਖੇਡ ਹੈ ਬਾਕੀ ਡਿਪੈਂਡ ਕਰੂਗਾ ਤੁਹਾਡੇ ਤੇ ਕਿ ਤੁਸੀਂ ਕਵਰ ਕਰੋਗੇ ਕਿ ਨਹੀਂ ਮੇਜਰ ਪੋਰਸ਼ਨ ਤੁਹਾਡਾ ਹੈਗਾ ਜਿਹੜਾ ਜੀਕੇ ਦਾ ਪੋਰਸ਼ਨ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਕਵਰ ਕਰਨਾ ਹੈ ਰਾਈਟ ਅਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ ਸਮਝ ਗਏ ਹੋਵੋਗੇ ਹੁਣ ਇਹਦੇ ਵਿੱਚ ਇਨਕਲੂਸਿਵ ਕੀ ਹੈ ਕੀ ਕੀ ਹੋਊਗਾ ਕੀ ਕੀ ਗੱਲਾਂ ਬਾਤਾਂ ਹੋਣਗੀਆਂ ਇਨਕਲੂਸਿਵ ਕੀ ਹੈ ਕੀ ਕੀ ਇਹਦੇ ਵਿੱਚ ਐਡ ਆਉਣਾ ਜੇਕਰ ਮੈਂ ਐਡ ਆਨ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਗੱਲ ਕਰੂੰਗਾ ਕਿ ਭਾਈ ਜਿਹੜਾ ਤੁਸੀਂ ਪੜਨਾ ਹੈਗਾ ਪੜਨਾ ਹੈਗਾ ਉਹਦੇ ਤੁਹਾਨੂੰ ਨੋਟਸ ਬਣਾਉਣੇ ਪੈਣਗੇ ਯਾਨੀ ਨੋਟਸ ਜਿਹੜੇ ਤੁਹਾਨੂੰ ਹੈਗੇ ਆ ਉਹ ਨੋਟ ਕਾਪੀ ਤੇ ਬਣਾਉਣੇ ਪੈਣਗੇ ਇਨਕਲੂਸਿਵ ਇਹ ਹੈ ਕਿ ਤੁਹਾਨੂੰ ਡੇਲੀ ਆ ਜਿਹੜਾ ਉਹ ਲਿਖਵਾਇਆ ਜਾਊਗਾ ਡਿਕਟੇਟ ਕੀਤਾ ਜਾਊਗਾ ਠੀਕ ਹੈ ਡੇਲੀ ਤੁਹਾਨੂੰ ਲਿਖਵਾਇਆ ਜਾਊਗਾ ਪ੍ਰੋਪਰ ਤਰੀਕੇ ਦੇ ਨਾਲ ਕਲਾਸਾਂ ਬਣ ਗਈਆਂ ਰਾਈਟ ਹੋ ਗਿਆ ਦੂਸਰਾ ਅਗਰ ਕੋਈ ਪੀਪੀਟੀ ਹੈ ਅਗਰ ਕੋਈ ਪੀਪੀਟੀ ਅਵੇਲੇਬਲ ਹੈ ਕਿਸੇ ਕੋਰਸ ਦੀ ਜਾਂ ਕਿਸੇ ਕਲਾਸ ਦੀ ਜਿਵੇਂ ਫਾਰ ਐਗਜ਼ਾਮਪਲ ਪਟਵਾਰੀ ਵਾਸਤੇ ਆਪਾਂ ਪੜਿਆ ਹੋਇਆ ਆ ਅਕਸਾਈਜ਼ ਇਨਸਪੈਕਟਰ ਵਾਸਤੇ ਪੜਿਆ ਹੋਇਆ ਜਿੰਨੀਆਂ ਵੀ ਉਹ ਪੀਪੀਟੀਜ਼ ਆ ਉਹ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਉਹ ਪੀਡੀਐਫ ਫਾਰਮ ਦੇ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਉਹ ਸਾਰੀਆਂ ਮਿਲ ਜਾਣਗੀਆਂ ਜੇ ਤੁਸੀਂ ਉਹਨਾਂ ਤੋਂ ਪੜ੍ਹਨਾ ਚਾਹੁੰਦੇ ਹੋ ਜਾਂ ਕੁਝ ਕਰਨਾ ਚਾਹੁੰਦੇ ਹੋ ਤੁਹਾਨੂੰ ਪੀਡੀਐਫ ਆ ਜਿਹੜੀਆਂ ਐਸ ਇਟ ਇਜ਼ ਮਿਲ ਜਾਣਗੀਆਂ ਚਾਹੇ ਉਹ ਪੋਲਿਟੀ ਦੀ ਚਾਹੇ ਜੀਓਗ੍ਰਾਫੀ ਦੇ ਚਾਹੇ ਹਿਸਟਰੀ ਦੀ ਚਾਹੇ ਪੰਜਾਬ ਜੀ ਕੇ ਚਾਹੇ ਕੋਈ ਵੀ ਉਹ ਤੁਹਾਨੂੰ ਮਿਲ ਜਾਣਗੀਆਂ ਆ ਰਾਈਟ ਤੀਸਰਾ ਜਨਵਰੀ ਚੜ੍ਹਦੇ ਹੀ ਯਾਨੀ ਐਂ ਕਹਿ ਲਵਾਂ ਕਿ ਤੁਹਾਨੂੰ 7 ਜਾਂ 8 ਜਨਵਰੀ ਤੱਕ 7 ਜਾਂ 8 ਜਨਵਰੀ ਤੱਕ ਜਾਂ ਤਾਂ ਹਾਰਡ ਕਾਪੀ ਹਾਰਡ ਬੁੱਕ ਯਾਨੀ ਕਿ ਇਹ ਆ ਸੌਫਟ ਕਾਪੀ ਉਹ ਅੱਜ ਦੇਖਦੇ ਆ ਡਿਪੈਂਡ ਕਰੂਗਾ ਵੀ ਕਿੰਨੀਆਂ ਕਾਪੀਆਂ ਬਣਦੀਆਂ ਕਿੰਨੇ ਸਟੂਡੈਂਟ ਆਉਂਦੇ ਆ ਕਿਵੇਂ ਕਿਵੇਂ ਕਿਸ ਤਰੀਕੇ ਦੇ ਨਾਲ ਉਹ ਸਾਰਾ ਚੱਲਣਾਗਾ ਰਾਈਟ ਆ ਸੋ ਉਹ ਤੁਹਾਨੂੰ ਟਾਰਗੇਟ ਜਮਾ ਐ ਕਹ ਲੋ ਵੀ ਨੈਪ ਸਿਲਦਰ ਵਾਸਤੇ ਤੇ ਕੋਆਪਰੇਟਿਵ ਵਾਸਤੇ ਇੱਕ ਐਮਸੀਕਿਊ ਦੀ ਬੁੱਕ ਬਣ ਰਹੀ ਹੈ ਕੁਐਸਚਨ ਬੈਂਕ ਐਡੇ ਜ਼ਬਰਦਸਤ ਕੁਐਸਚਨ ਨਾਲ ਸੋਲੂਸ਼ਨ ਕੁਐਸਚਨ ਨਾਲ ਹੀ ਉਹਦਾ ਸੋਲੂਸ਼ਨ ਨਾਲ ਸੋਲੂਸ਼ਨ ਮਤਲਬ ਵਿਦ ਐਕਸਪਲੇਨੇਸ਼ਨ ਬਹੁਤ ਸੋਹਣੀ ਬੁੱਕ ਹੈ ਤੇ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਮਿਲੂਗਾ ਹਿਸਟਰੀ ਮਿਲੂਗੀ ਪੋਲਿਟੀ ਮਿਲੂਗੀ ਜੀਓਗ੍ਰਾਫੀ ਮਿਲੂ ਐਨਵਾਇਰਨਮੈਂਟ ਮਿਲੂ ਪਬਲਿਕ ਰਿਲੇਸ਼ਨ ਮਿਲੂ ਇੰਟਰਨੈਸ਼ਨਲ ਰਿਲੇਸ਼ਨ ਜਿਹੜੇ ਹੁੰਦੇ ਆ ਉਹ ਤੁਹਾਨੂੰ ਮਿਲਣਗੇ ਯਾਨੀ ਕਿ ਸਾਰਾ ਕੁਝ ਜਿਹੜਾ ਐਜ਼ ਇਟ ਇਜ਼ ਪੈਟਰਨ ਰਹਿੰਦਾਗਾ ਚਾਹੇ ਉਹ ਕਿਸੇ ਤਰੀਕੇ ਦੇ ਨਾਲ ਹੈ ਇਕਨੋਮਿਕਸ ਵਗੈਰਾ ਜੋ ਵੀ ਹੈ ਰਾਈਟ ਹੈ ਯਾਨੀ ਸਪੈਸ਼ਲ ਜੀਕੇ ਦੀ ਬੁੱਕ ਬਹੁਤ ਹੀ ਜ਼ਬਰਦਸਤ ਸਪੈਸ਼ਲ ਪੀਪੀਐਸਸੀ ਵਾਸਤੇ ਇਵਨ ਕਿ ਜਿਹੜੀ ਬੁੱਕ ਇਹ ਬਣ ਰਹੀ ਆ ਉਹ ਪੀਸੀਐਸ ਪ੍ਰੀ ਲਿਮਜ਼ ਬਣ ਰਹੀ ਆ ਪੀਸੀਐਸ ਪ੍ਰੀ ਲਿਮਜ਼ ਵਾਸਤੇ ਸੋ ਆਬੀਸ ਗੱਲਾ ਜੇਕਰ ਪੀਸੀਐਸ ਵਾਸਤੇ ਬਣ ਰਹੀ ਆ ਤਾਂ ਉਹ ਨੈਬ ਵਾਸਤੇ ਵੀ ਕੰਮ ਆਉ ਕੋਰਪੋਰੇਟ ਇਨਸਪੈਕਟਰ ਵਾਸਤੇ ਵੀ ਕੰਮ ਆਉ ਤੇ ਜਾਂ ਫਿਰ ਬਾਕੀ ਜਿਹੜੇ ਉਸ ਲੈਵਲ ਦੇ ਪੇਪਰ ਹੋਣਗੇ ਉਹਨਾਂ ਵਾਸਤੇ ਕੰਮ ਆਉਂਦੀ ਆ ਰਾਈਟ ਮੇਰੇ ਸਾਬ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਸਮਝ ਰਹੇ ਹੋਵੋਗੇ ਰਾਈਟ ਸੋ ਇਹ ਜਿਹੜਾ ਹੈਗਾ ਮੇਜਰ ਪੋਰਸ਼ਨ ਤੁਹਾਨੂੰ ਕੰਮ ਬਹੁਤ ਜ਼ਿਆਦੇ ਆਊਗਾ ਰਾਈਟ ਸੋ ਜਨਵਰੀ ਤੋਂ 7-8 ਜਨਵਰੀ ਤੱਕ ਤੁਹਾਨੂੰ ਯਾਨਿਕ ਜਾਂ ਤਾਂ ਸੌਫਟ ਕਾਪੀ ਮਿਲ ਜੂਗੀ ਜਾਂ ਤੁਹਾਡੇ ਘਰਾਂ ਤੱਕ ਤੁਹਾਡੇ ਐਡਰੈਸ ਲੈ ਕੇ ਉਹ ਬੁੱਕ ਪਹੁੰਚ ਜਾਣੀ ਆ ਨੈਬ ਸਿਲਦਾਰ ਦੀ ਕਾਪਰੇਟ ਇਨਸਪੈਕਟਰ ਯਾਨੀ PCS ਪ੍ਰੀਲਿਮਸ ਦੀ ਜਿਹੜੀ ਕਿਤਾਬ ਬਣ ਰਹੀ ਆ 600 700 ਪੰਨਿਆਂ ਦੀ ਯਾਨੀ ਐ ਕਹਿ ਲਓ ਵੀ ਕਿਤਾਬ ਤੁਹਾਡੇ ਹੱਥ 'ਚ ਫੜੀ ਆ ਲੱਗੂਗੀ ਵੀ ਯਾਰ ਹਾਂ ਕੋਈ ਕਿਤਾਬ ਅਸੀਂ ਪੰਜਾਬ ਦੇ ਵਿੱਚ ਬਣੀ ਦੇਖੀ ਆ ਬਹੁਤ ਤਗੜੇ ਤਰੀਕੇ ਦੇ ਨਾਲ ਮੈਂ ਕਿਤਾਬ ਉਹ ਬਣਾ ਰਿਹਾਗਾ ਹਜੇ ਬਣੀ ਆਂ ਦੀ PCS ਦੀ ਬਣਾ ਰਿਹਾ ਐਕਚੁਅਲੀ ਤਾਂ ਆਬਵੀਅਸ ਗੱਲ ਆ ਕਿ ਨੈਵ ਜਾਂ ਕੋਆਪਰੇਟਿਵ ਤਾਂ ਉਹਦੇ ਵਿੱਚ ਕਵਰ ਆਪਣੇ ਆਪ ਹੋ ਹੀ ਜਾਣਾ ਰਾਈਟ ਸੋ ਉਹ ਤੁਹਾਨੂੰ ਇਹਦੇ ਵਿੱਚ ਯਾਨੀ ਕਿ ਇਨਕਲੂਸਿਵ ਹੈ ਜਿਹੜੇ ਇਸ ਕੋਰਸ ਦੇ ਵਿੱਚ ਆਗੇ ਉਹਨਾਂ ਨੂੰ ਇਹੋ ਚੀਜ਼ ਮਿਲਣੀ ਹੀ ਮਿਲਣੀ ਆ ਜਨਵਰੀ ਤੋਂ ਲੈ ਕੇ ਜਿਹੜਾ ਹੈਗਾ ਅੱਛਾ ਹਾਂ ਇੱਕ ਹੋਰ ਚੀਜ਼ ਇਨਕਲੂਸਿਵ ਕੀ ਹੈ ਤੁਹਾਡੇ ਮੈਗਜ਼ੀਨ ਜਿਹੜੇ ਮੈਗਜ਼ੀਨ ਆ ਭਾਈ ਉਹ ਤੁਹਾਨੂੰ ਮਿਲਣੇ ਹੀ ਮਿਲਣੇ ਆ ਠੀਕ ਆ ਮੰਥਲੀ ਮੈਗਜ਼ੀਨ ਮਿਲਣਗੇ ਤੇ ਇੱਕ ਮੰਥਲੀ ਬੂਸਟਰ ਮਿਲੂਗਾ ਮੰਥਲੀ ਬੂਸਟਰ ਦਾ ਮਤਲਬ ਜਿਹਦੇ ਵਿੱਚ ਵਨ ਲਾਈਨਰ ਤੌਰ ਤੇ ਸਾਰੇ ਦਿੱਤੇ ਹੋਣਗੇ ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ ਮੰਥਲੀ ਮੈਗਜ਼ੀਨ ਜਿਹਦੇ ਵਿੱਚ ਡਿਟੇਲ ਦੇ ਵਿੱਚ ਹੋਊਗਾ ਸਾਰਾ ਕੁਝ ਠੀਕ ਆ ਮੰਥਲੀ ਤੁਹਾਨੂੰ ਮੈਗਜ਼ੀਨ ਮਿਲਣਗੇ ਰਾਈਟ ਆ ਭਾਈ ਇਸ ਤੋਂ ਬਾਅਦ ਡੇਲੀ ਡੇਲੀ ਜੋ ਪੀਡੀਐਫ ਮਿਲਣੀ ਆ ਉਹਦੇ ਵਿੱਚ ਕਰੰਟ ਅਫੇਅਰਸ ਮਿਲਣਗੇ ਡੇਲੀ ਕਰੰਟ ਅਫੇਅਰਸ ਇਹ ਜਿਹੜੇ ਤੁਹਾਨੂੰ ਡੇਲੀ ਪੀਡੀਐਫ ਫਾਰਮ ਦੇ ਵਿੱਚ ਕਰੰਟ ਅਫੇਅਰ ਮਿਲਣੀ ਮਿਲਣਿਆ ਰਾਈਟ ਹੈ ਜਿਹੜਾ ਵੀਕਲੀ ਹੋਇਆ ਕਰੂਗਾ ਉਹ ਇਹਨਾਂ ਦੇ ਵਿੱਚੋਂ ਹੀ ਹੋਇਆ ਕਰੂ ਠੀਕ ਹੈ ਵੀਕਲੀ ਕਰੰਟ ਫਿਰ ਇਹਨਾਂ ਦੇ ਵਿੱਚੋਂ ਹੀ ਹੋਇਆ ਕਰੂਗਾ ਤੇ ਤੁਹਾਨੂੰ ਉਹ ਪ੍ਰੋਪਰ ਤਰੀਕੇ ਨਾਲ ਮਿਲ ਜਾਇਆ ਕਰੋਗਾ ਰਾਈਟ ਹੈ ਇਸ ਤੋਂ ਬਾਅਦ ਅੱਗੇ ਤੁਹਾਡੇ ਭਾਈ ਮੌਕ ਟੈਸਟ ਮੌਕ ਟੈਸਟ ਵੀ ਇਹਦੇ ਵਿੱਚ ਇਨਕਲੂਸਿਵ ਹੈ ਠੀਕ ਹੈ ਜਿਹਦੇ ਵਿੱਚ ਫੁੱਲ ਮੌਕ ਟੈਸਟ ਵੀ ਹੋਣਗੇ ਸੈਕਸ਼ਨ ਵਾਈਜ਼ ਵੀ ਹੋਣਗੇ ਫੁੱਲ ਵੀ ਹੋਣਗੇ ਤੇ ਸੈਕਸ਼ਨਲ ਵੀ ਹੋਣਗੇ ਠੀਕ ਹੈ ਇਹ ਦੋਨੇ ਤੁਹਾਨੂੰ ਜਿਹੜੇ ਕਿ ਬਹਿਣਗੇ ਪਰ ਇਹ ਮਿਲਣਗੇ ਉਦੋਂ ਜਦੋਂ ਇੱਕ ਤਰੀਕੇ ਨਾਲ ਘੱਟੋ-ਘੱਟ 40 ਤੋਂ 50% ਜਿਹੜਾ ਸਿਲੇਬਸ ਆ ਤੁਹਾਡਾ ਕਵਰ ਹੋ ਗਿਆ ਯਾਨੀ ਤੁਸੀਂ ਐ ਮੰਨ ਲਓ ਵੀ ਜਨਵਰੀ ਤੱਕ ਤਾਂ ਆਪਾਂ ਸਿਲੇਬਸ ਖਤਮ ਕਰਨਾ ਹਜੇ ਦਸੰਬਰ ਸਟਾਰਟ ਹੋਇਆ ਜਨਵਰੀ 7 ਤੱਕ ਜਨਵਰੀ ਤੱਕ ਤੁਹਾਡਾ ਸਿਲੇਬਸ ਮੈਂ ਖਤਮ ਕਰਨਾਗਾ ਮੋਸਟਲੀ ਜਿਹੜਾ ਕਿ 60 ਤੋਂ 65% ਮੈਂ ਤੁਹਾਨੂੰ ਦੱਸਿਆ ਸ਼ੁਰੂ ਦੇ ਵਿੱਚ ਕਿ ਆਹ 60 ਤੋਂ 65% ਆਊਗਾ ਪੇਪਰ ਦੇ ਵਿੱਚ ਉਹ ਆਪਾਂ ਕਵਰ ਕਰ ਲੈਣਾ ਉਸ ਤੋਂ ਬਾਅਦ ਮੈਂ ਫੁੱਲ ਤੇ ਸੈਕਸ਼ਨਲ ਟੈਸਟ ਆ ਜਿਹੜੇ ਤੁਹਾਡੇ ਲੈਣ ਲੱਗ ਜਾਊਗਾ ਪ੍ਰੋਪਰ ਤਰੀਕੇ ਦੇ ਨਾਲ ਤੁਹਾਡੇ ਟੈਸਟ ਇਹ ਪਟਵਾਰੀ ਤੋਂ ਬਾਅਦ ਆਇਆ ਇੱਕ ਡ੍ਰੀਮ ਕਿਉਂਕਿ ਪਟਵਾਰੀ ਵੇਲੇ ਵੀ ਮੈਂ ਕਿਹਾ ਸੀਗਾ ਕਿ ਭਾਈ ਇਹ ਡ੍ਰੀਮ ਪੋਸਟ ਹੈ ਤੇ ਡ੍ਰੀਮ ਹੀ ਮੇਰਾ ਕੋਰਸ ਹੈ ਤੇ ਡ੍ਰੀਮ ਕੋਰਸ ਨੂੰ ਹੀ ਉਹ ਬਹੁਤ ਜਿਆਦਾ ਵਧੀਆ ਰਿਹਾ ਤੁਸੀਂ ਵੀ ਬਹੁਤ ਜਾਣੇ ਸਟੂਡੈਂਟ ਆਲਰੇਡੀ ਉਹਦੇ ਵਿੱਚ ਹੋਣਗੇ ਤੇ ਬਹੁਤ ਸਾਰੇ ਉਹਦੇ ਵਿੱਚ ਸਟੂਡੈਂਟ ਕੈਂਡੀਡੇਟ ਲੱਗੇ ਆ ਰਾਈਟ ਸੋ ਕਹਿਣ ਦਾ ਮਤਲਬ ਕੀ ਹੈ ਕਿ ਉਸ ਤੋਂ ਬਾਅਦ ਇੱਕ ਕਾਪਰੇਟ ਇਨਸਪੈਕਟਰ ਦਾ ਪ੍ਰੋਪਰ ਟਾਈਮ ਦੇ ਨਾਲ ਪ੍ਰੋਪਰ ਟਾਈਮਿੰਗ ਤੇ ਜਿਹੜੀ ਰਿਕਰੂਟਮੈਂਟ ਨਿਕਲੀ ਸੋ ਆਪਾਂ ਬਿਲਕੁਲ ਅਹ ਅਨਕਲੋ ਵੀ ਟਰਮ ਦੇ ਨਾਲ ਤੇ ਬਹੁਤ ਸੀਕੁਐਂਸ ਦੇ ਢੰਗ ਦੇ ਨਾਲ ਫਰੈਸ਼ ਲੈਕਚਰਸ ਦੇ ਨਾਲ ਇਹਨਾਂ ਨੂੰ ਕਵਰ ਕਰਾਂਗੇ ਸੋ ਇਹ ਭਾਈ ਡ੍ਰੀਮ ਆਪਣਾ ਜਿਹੜਾ ਹੈਗਾ ਕੋਰਸ ਹੈ ਸੋ ਤੁਸੀਂ ਇਸ ਕੋਰਸ ਵਿੱਚ ਆ ਸਕਦੇ ਹੋ ਰਾਈਟ ਹੈ ਸੋ ਆਹ ਤੁਹਾਡਾ ਇਨਕਲੂਸਿਵ ਆ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਹੋਣਗੀਆਂ ਕਈ ਵਾਰੀ ਗੱਲਾਂ ਬਾਤਾਂ ਦੇ ਵਿੱਚ ਬੰਦਾ ਭੁੱਲ ਜਾਂਦਾ ਹੈਗਾ ਠੀਕ ਹੈ ਸਾਰਾ ਕੁਝ ਹੋਊਗਾ ਅੱਛਾ ਲੈਕਚਰਸ ਆ ਜਿਹੜੇ ਭਾਈ ਉਹ ਉਹਨਾਂ ਦੀ ਜਿਹੜੀ ਟਾਈਮਿੰਗ ਹੈ ਉਹ ਹਜੇ ਥੋੜੀ ਜੀ ਸੈੱਟ ਕਰਨ ਵਾਲੀ ਪਊਗੀ ਕਿਉਂਕਿ ਉਹ ਟਾਈਮਿੰਗ ਆ ਜਿਹੜੀ ਉਹ ਇੱਕ ਟਾਈਮ ਤੇ ਤੁਹਾਨੂੰ ਲੈਕਚਰ ਮਿਲਣਗੇ ਜਾਂ ਨਹੀਂ ਮਿਲਣਗੇ ਦੇਖਣਾ ਪਊਗਾ ਰਾਈਟ ਪਰ ਹਾਂ ਇਹਨਾਂ ਜ਼ਰੂਰ ਆ ਵੀ ਹੁਣ ਡੇਲੀ ਲੈਕਚਰ ਤਾਂ ਤੁਹਾਡੇ ਆਉਣਗੇ ਹੀ ਆਉਣਗੇ ਰਾਈਟ ਜੇ ਕਿਸੇ ਦਿਨ ਮਨ ਨਾਲ ਛੁੱਟੀ ਵਗੈਰਾ ਹੋਇਆ ਕਰੂਗੀ ਭਾਈ ਉਦੋਂ ਤੁਹਾਨੂੰ ਦੱਸ ਵੀ ਦਿੱਤਾ ਜਾਇਆ ਕਰੋਗੇ ਠੀਕ ਹੈ ਤੇ ਕਿਉਂਕਿ ਸਿਲੇਬਸ ਕਵਰ ਕਰਨਾ ਪ੍ਰੋਪਰ ਟਾਈਮ ਆਪਣੇ ਕੋਲ ਹੈਗਾ ਸੋ ਚੱਕਰ ਮੰਨਣ ਦੀ ਲੋੜ ਨਹੀਂ ਹੈਗੀ ਹੁਣ ਉਹਨਾ ਪ੍ਰੈਸ਼ਰ ਨਹੀਂ ਹੈਗਾ ਜਿਵੇਂ ਬਾਕੀ ਪੇਪਰਾਂ ਦੇ ਵਿੱਚ ਥੋੜਾ ਬਹੁਤ ਹੋ ਜਾਂਦਾ ਹੈਗਾ ਸਟੂਡੈਂਟ ਕਹਿੰਦੇ ਵੀ ਤੁਸੀਂ ਸਰ ਰੈਗੂਲਰ ਨਹੀਂ ਰਹੇ ਕਾਰਨ ਕੀ ਹੈ ਕਿ ਉਹਦੇ ਵਿੱਚ ਲੈਕਚਰ ਐਡ ਕਰ ਦਿੱਤੇ ਜਾਂਦੇ ਆ ਰੈਗੂਲਰ ਤਾਂ ਆਪ ਹੀ ਨਹੀਂ ਕਿਉਂਕਿ ਲੈਕਚਰ ਜਦੋਂ ਐਡ ਕਰ ਦਿੱਤੇਗੇ ਪੁਰਾਣੇ ਲੈਕਚਰ ਰਾਈਟ ਪਰ ਹੁਣ ਇਹਦੇ ਕੋਲ ਪ੍ਰੋਪਰ ਟਾਈਮ ਪਿਆ ਤੇ ਬਾਕੀ ਪਟਵਾਰੀ ਦੇ ਨਾਲੇ ਮੇਲ ਹੀ ਨਹੀਂ ਖਾਂਦਾ ਸੋ ਐਕਚਰ ਐਡ ਹੋ ਹੀ ਨਹੀਂ ਸਕਦੇ ਰਾਈਟ ਸੋ ਮੇਰੇ ਹਿਸਾਬ ਦੇ ਨਾਲ ਤੁਸੀਂ ਸਮਝ ਗਏ ਭਾਈ ਡੇਲੀ ਲੈਕਚਰ ਤੁਹਾਡੇ ਇਹ ਜਿਹੜੇ ਹੈਗੇ ਆ ਲੱਗਣਗੇ ਓਕੇ ਹੋ ਗਿਆ ਹੋਰ ਇਹਦੇ ਵਿੱਚ ਜੋ ਹਾਂ ਲਾਈਵ ਲੈਕਚਰ ਲਾਈਵ ਲੈਕਚਰ ਆ ਜਿਹੜੇ ਉਹ ਲੱਗਣਗੇ ਤੁਹਾਡੇ ਐ ਮੰਨ ਲਓ ਵੀ ਜੇ ਲੱਗੇ ਤਾਂ ਉਹ ਪੇਪਰ ਦੇ ਨੇੜੇ ਆ ਕੇ ਲੱਗਣਗੇ ਜਦੋਂ ਆਪਾਂ ਰਿਵੀਜ਼ਨ ਕਰਦੇ ਹੁੰਦੇ ਆ ਰਿਵੀਜ਼ਨ ਤੇ ਉਹ ਵੀ ਤੁਹਾਡਾ YouTube ਤੇ ਸੈਸ਼ਨ ਲੱਗਣਗੇ ਕਿਉਂਕਿ YouTube ਤੇ ਲਾਈਵ ਹੋਣਾ ਸੌਖਾ ਹੈ ਐਂਡ ਉਹਦੇ ਵਿੱਚ ਵਧੀਆ ਵੀ ਹੋ ਜਾਂਦਾ ਇੱਥੇ ਤਾਂ ਲੈਕਚਰ ਤੁਹਾਡੇ ਜਿਹੜੇ ਹੈਗੇ ਆ ਉਹ ਸਾਰੇ ਜਿਹੜੇ ਐਪਲੀਕੇਸ਼ਨ ਦੇ ਵਿੱਚ ਆ ਉਹ ਲੈਕਚਰ ਤੁਹਾਡੇ ਰਿਕਾਰਡਡ ਹੀ ਹੋਣਗੇ ਡੇਲੀ ਯਾਨੀ ਕਿ ਜਦੋਂ ਐਡ ਹੋਇਆ ਕਰਨਗੇ ਤੁਹਾਨੂੰ ਇੱਕ ਨੋਟੀਫਿਕੇਸ਼ਨ ਆ ਜਾਇਆ ਕਰਨੀ ਹੈ ਠੀਕ ਹੈ ਤੇ ਉਹ ਨੋਟੀਫਿਕੇਸ਼ਨ ਨਾਲ ਤੁਹਾਨੂੰ ਜਿਹੜੇ ਲੈਕਚਰ ਆ ਉਹ ਮਿਲ ਜਾਇਆ ਕਰਨਗੇ ਯਾਨੀ ਰਿਕਾਰਡਡ ਹੋਣਗੇ ਲਾਈਵ ਜਿਹੜੇ ਹੈਗੇ ਉਹ ਪੇਪਰ ਦੀ ਰਿਵੀਜ਼ਨ ਕਰਾਂਗੇ ਜਦੋਂ ਮੈਗਾ ਸੈਸ਼ਨ ਲੱਗਦੇ ਆ ਉਦੋਂ ਮੈਂ ਲੈ ਲੂੰਗਾ ਐਂਡ ਉਹ YouTube ਤੇ ਹੀ ਹੋਣਗੇ ਜਿਹੜੇ ਕਿ MCQ ਸੈਸ਼ਨ ਹੁੰਦੇ ਜ਼ਿਆਦਾਤਰ ਜਿਹੜੇ ਕਿ ਮੈਂ ਲੈਂਦਾ ਵੀ ਰਹਿਣਾ ਤੁਹਾਨੂੰ ਪਤਾ ਹੀ ਆ ਰਾਈਟ ਸੋ ਲਾਈਵ ਲੈਕਚਰ ਉੱਥੇ ਹੋਣਗੇ ਇਹ ਸਾਰੇ ਲੈਕਚਰ ਜਿਹੜੇ ਰਿਕਾਰਡਡ ਹੋਣਗੇ ਠੀਕ ਹੈ ਸੋ ਹੋਰ ਭਾਈ ਤੁਹਾਡੇ ਕੋਈ ਵੀ ਡਾਊਟ ਹੋਏ ਕੋਈ ਵੀ ਡਾਊਟਸ ਤੁਹਾਡੇ ਰਹਿੰਦੇ ਆ ਉਹ ਤੁਸੀਂ 986890568 ਤੇ ਜਿਹੜਾ ਹੈਗਾ ਉਹ ਤੁਸੀਂ ਕਾਲ ਕਰਕੇ ਪੁੱਛ ਸਕਦੇ ਆ ਰਾਈਟ ਕਾਲ ਕਰਕੇ ਜਾਂ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਬਾਕੀ ਇੰਨਾ ਚੱਕਰ ਮੰਨਣ ਦੀ ਲੋੜ ਨਹੀਂ ਜੇਕਰ ਤੁਹਾਨੂੰ ਮੇਰੇ ਤੇ ਬਲੀਵ ਹੈ ਯਾਨੀ ਤੁਸੀਂ ਮੇਰੇ ਤੇ ਯਕੀਨ ਕਰਦੇ ਹੋ ਜੇਕਰ ਜੇਕਰ ਮੇਰੇ ਤੇ ਬਲੀਫ ਰੱਖਦੇ ਹੋ ਤਾਂ ਬੇਸਿਕਲੀ ਇੰਨਾ ਰੱਖੋ ਕਿ ਭਾਈ ਜੋ ਮੈਂ ਪੜਾਉਂਗਾ ਉਹ ਸਹੀ ਟੈਂਕ ਦੇ ਨਾਲ ਤੇ ਬਿਲਕੁਲ ਐਕਿਊਰੇਟ ਪੜਾਉਂਗਾ ਹਵਾ ਹਵਾਈਆਂ ਦੇ ਵਿੱਚ ਗੱਲਾਂ ਨਹੀਂ ਕਰਦਾ ਇਸ ਤੋਂ ਪਹਿਲਾਂ ਜਿੰਨੇ ਵੀ ਪੇਪਰ ਹੋਇਆ ਕੋਈ ਵੀ ਪੇਪਰ ਚੱਕ ਕੇ ਦੇਖ ਲਓ ਤੁਹਾਨੂੰ ਉਹਦੇ ਵਿੱਚੋਂ 95% ਹੈ ਜਿਹੜਾ ਉਹ ਪੜਿਆ ਪੜਾਇਆ ਜੋ ਮਿਲੂਗਾ ਤੇ ਮੈਂ ਮੰਨਦਾ ਕਿ 95 ਚੋਂ ਤੁਸੀਂ ਜੇ 70% ਵੀ ਸਹੀ ਕਰਿਆ ਤਾਂ ਤੁਹਾਡੀ ਸਿਲੈਕਸ਼ਨ ਸੀ ਸਿਲੈਕਸ਼ਨ ਸੀ ਤੁਹਾਡੀ ਇਹ ਗਾਰੰਟੀ ਮੈਂ ਦਿੰਦਾ ਰਾਈਟ ਪਰ ਉਹੀ ਗੱਲ ਆ ਵੀ ਚਲੋ ਠੀਕ ਹੈ ਇਹ ਚੀਜ਼ਾਂ ਬੋਲਿਆ ਨਹੀਂ ਜਾਂਦੀਆਂ ਹੁੰਦੀ ਇੱਕ ਜਿਹੜਾ ਕੁਝ ਪੜਹਾਉਂਗਾ ਗਾਰੰਟੀ ਹੈ ਗਾਰੰਟੀ ਹੈ ਐਵੇਂ ਨਹੀਂ ਕੀਤਾ ਜਾਂਦਾ ਹੁੰਦਾ ਪਰ ਇਹ ਪਿਛਲਾ ਜਿਹੜਾ ਆਰ ਰੱਖਿਆ ਉਹਦੀ ਗੱਲ ਕਰ ਰਿਹਾਗਾ ਤੇ ਬਲੀਵ ਇੰਨਾ ਕੁ ਮੈਨੂੰ ਆਪਣੇ ਆਪ ਤੇ ਵੀ ਹੈਗਾ ਕਿ ਜਦੋਂ ਆਪਾਂ ਸਹੀ ਤਰੀਕੇ ਦੇ ਨਾਲ ਸਹੀ ਦਿਸ਼ਾ ਦੇ ਨਾਲ ਪੜਦੇ ਆ ਤਾਂ ਓਬਵੀਅਸ ਗੱਲ ਆ ਬਹੁਤ ਸਾਲਾਂ ਤੋਂ ਪੜਾ ਰਹੇ ਹੈਗਾ ਤਾਂ ਫਿਰ ਉਹ ਹੀ ਕੁਝ ਆਊਗਾ ਜਦੋਂ ਇੰਨਾ ਜਿਆਦਾ ਆਪਾਂ ਅਬਜ਼ਰਵ ਕਰਦੇ ਆਂ ਆਸ-ਪਾਸੇ ਪੇਪਰਾਂ ਨੂੰ ਕਿ ਕੀ ਟਾਈਮ ਤੇ ਚੱਲ ਰਿਹਾ ਹੈਗਾ ਤਾਂ ਉਹ ਹੀ ਕੁਝ ਤੁਹਾਨੂੰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਇਹਨਾ ਜ਼ਰੂਰ ਆ ਵੀ ਭਾਈ ਡਿਟੇਲ ਪੜਨੀ ਪੈਣੀ ਹੈ ਮੇਰੇ ਨਾਲ ਕਾਫੀ ਜਣੇ ਕਹਿੰਦੇ ਕੋਈ ਸਰ ਜੀ ਇੰਨੀ ਡਿਟੇਲ ਕਿਉਂ ਪੜਾਈ ਜਾਨੇ ਪੜਨੀ ਪਊਗੀ ਤੇ ਭਾਈ ਕਾਪੀ ਪੈਨ ਤੇ ਲਿਖਣਾ ਪਊਗਾ ਆਪਣੇ ਨੋਟਸ ਬਣਾਉਣੇ ਪੈਣਗੇ ਮੈਨੂੰ ਪਤਾ ਆਸੇ-ਪਾਸੇ ਮਾਰਕੀਟਿੰਗ ਵਾਲੇ ਬਹੁਤ ਆ ਤੁਹਾਨੂੰ ਬਣੀਆਂ-ਬਣਾਈਆਂ ਚੀਜ਼ਾਂ ਦੇ ਦਿੰਦੇ ਆ ਜਿਹੜੀਆਂ ਕਿ ਬਹੁਤ ਸਾਲਾਂ ਤੋਂ ਬਣੀਆਂ ਹੋਈਆਂ ਬਸ ਮਾੜੀ-ਮੋਟੀ ਐਡੀਟਿੰਗ ਕਰਕੇ ਉਹਨੂੰ ਦੇ ਦਿੰਦੇ ਆ ਭਾਈ ਆਪਣੇ ਤੋਂ ਉਹ ਕੰਮ ਨਹੀਂ ਹੁੰਦਾ ਸੋ ਪਲੀਜ਼ ਇਸ ਚੀਜ਼ ਨੂੰ ਤੁਸੀਂ ਵੀ ਅਵੋਇਡ ਕਰਨਾ ਸਿੱਖੋ ਕਿਉਂਕਿ ਜੇ ਨੋਟਸ ਹੋਣਗੇ ਨੋਟਸ ਬਣਾਓਗੇ ਤਾਂ ਹੀ ਤੁਹਾਡੀ ਪੜ੍ਹਾਈ ਸੌਖੀ ਹੋਊਗੀ ਐਂਡ ਵਧੀਆ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ ਰਾਈਟ ਹੈ ਹੁਣ ਮੈਂ ਉਹਨਾਂ ਦੀ ਗੱਲ ਕਰ ਲੈਣਾ ਜਿਹੜੇ ਨੈਤ ਤਸੀਲਦਾਰ ਦੇ ਵਿੱਚ ਹੈਗੇ ਆ ਭਾਈ ਨੈਤ ਤਸੀਲਦਾਰ ਐਮਸੀਕਿਊ ਨੈਤ ਤਸੀਲਦਾਰ ਐਮਸੀਕਿਊ ਦੇ ਵਿੱਚ ਜਿਹੜੇ ਹੈਗੇ ਆ ਠੀਕ ਹੈ ਭਾਈ ਉਹਨਾਂ ਨੂੰ ਮੈਂ ਪਹਿਲੇ ਦੱਸ ਦਿੰਦਾ ਕਿ ਭਾਈ ਤੁਸੀਂ ਆਲਰੇਡੀ ਐਮਸੀਕਿਊ ਕੋਰਸ ਦੇ ਵਿੱਚ ਹੈਗੇ ਹੋ ਤਾਂ ਤੁਹਾਨੂੰ 50% ਆ ਜਿਹੜਾ ਮੈਂ ਆਫ ਲਾ ਦਿੰਦਾ ਰਾਈਟ ਹੈ ਕਿਉਂਕਿ ਤੁਸੀਂ ਪਹਿਲਾਂ ਹੀ ਪੈਸੇ ਭਰ ਰੱਖਿਆ ਕਿਉਂਕਿ ਇਹੀ ਐਮਸੀਕਿਊ ਤੁਹਾਨੂੰ ਕੋਆਪਰੇਟ ਇਨਸਪੈਕਟਰ ਦੇ ਵਿੱਚ ਵੀ ਕੰਮ ਆਉਣਗੇ ਸੋ ਇਸ ਕਰਕੇ ਜਿਹੜਾ ਹੈਗਾ 50% ਤੁਹਾਨੂੰ ਆਫ ਮੈਂ ਦੇ ਦਿੰਦਾ 40 ਤੋਂ 50% ਕਰ ਲਓ 50% ਕਰ ਲਓ ਰਾਈਟ ਹੈ ਪਰ ਜਿਹੜੇ ਕੋਆਪਰੇਟ ਇਨਸਪੈਕਟਰ ਵਾਲੇ ਭਾਈ ਉਹਨਾਂ ਵਾਸਤੇ ਇਹਦੇ ਵਿੱਚ ਆਫ ਆਬਵੀਅਸ ਗੱਲ ਹੈ ਨਹੀਂ ਹੋਣੀ ਠੀਕ ਹੈ ਤੁਹਾਨੂੰ ਥਿਉਰੀ MCQ ਐਂਡ ਪ੍ਰੈਕਟਿਸ ਟੈਸਟ ਇਹ ਸਾਰਾ ਕੁਝ ਇਨਕਲੂਸਿਵ ਮਿਲ ਰਿਹਾ ਐਂਡ ਪਲੱਸ ਤੁਹਾਨੂੰ ਮੈਗਜ਼ੀਨ ਵੀ ਮਿਲ ਰਹੀ ਹੈ ਰਾਈਟ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਭਾਈ ਇਹਨਾਂ ਨੂੰ 50% ਪਹਿਲੇ ਮੈਂ ਆਫ ਲਾ ਕੇ ਦੇ ਦੂੰਗਾ ਰਾਈਟ ਤੁਸੀਂ ਆਪਣਾ ਪਰਚੇਸ ਕਰ ਸਕਦੇ ਹੋ ਜਿਹੜੀ ਫੀਸ ਆ ਭਾਈ ਫੀਸ ਇਹਦੀ ਜਿਹੜੀ ਹੈਗੀ ਆ ਉਹ ਅੱਛਾ ਇੱਕ ਚੀਜ਼ ਹੋਰ ਆ ਕਿ ਹੁਣ ਤੱਕ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਕਾਲ ਕਰਕੇ ਕਹਿਨਗੇ ਕਿ ਜਰ ਫੀਸ ਕਟਾ ਦਿਓ ਤੇ ਮੈਂ ਕਟਾ ਵੀ ਦੇਣਾ ਤੁਹਾਨੂੰ ਪਤਾਗਾ ਰਾਈਟ ਇਹਦੇ ਵਿੱਚ ਕਿਤਾਬਾਂ ਵੀ ਤੁਹਾਨੂੰ ਮਿਲਣਗੀਆਂ ਜਦੋਂ ਵੀ ਉਹ ਜਨਵਰੀ ਦਾ ਉਹਦੇ ਵਿੱਚ ਆ ਗਈਆਂ ਉਹ ਵੀ ਕੋਈ ਆਏ ਨਹੀਂ ਹੈਗਾ ਵੀ ਉਹ ਐਵੇਂ ਹੀ ਬਣ ਜਾਂਦੀਆਂ ਉਹ ਵੀ ਦੇਣੀਆਂ ਪੈਂਦੀਆਂ ਰਾਈਟ ਸੋ ਜਿਹੜੀ ਇਹਦੀ ਫੀਸ ਆ ਭਾਈ ਉਹ ਫਸਟ ਜੋ ਮੈਂ ਕਹਿੰਨ ਉਹ ਵੀ ਇੱਕ ਹਫਤਾ ਜਾਂ ਦੋ ਹਫਤੇ ਤੱਕ ਚੱਲੂਗਾ 7 ਤੋਂ ਲੈ ਕੇ 14 ਦਸੰਬਰ ਤੱਕ ਕਹਿ ਸਕਦੇ ਹੋ ਯਾਨੀ ਕਿ ਜਿਹੜੇ ਇਨੀਸ਼ੀਅਲੀ ਸਟੂਡੈਂਟ ਹੁੰਦੇ ਜਿਨ੍ਹਾਂ ਨੇ ਆਉਣਾ ਹੀ ਆਉਣਾ ਹੁੰਦਾਗਾ ਪਤਾ ਕਿ ਇਹਨੇ ਆਉਣਾ ਜਿਹੜੇ ਸੋਚਦੇ ਰਹਿੰਦੇ ਵੀ ਅਸੀਂ ਆਸੇ-ਪਾਸੇ ਦੇਖਾਂਗੇ ਫਿਰ ਫੀਸ ਆ ਪਈ ਆਸੇ-ਪਾਸੇ ਦਾ 11-12000 ਤੁਹਾਨੂੰ ਵੀ ਪਤਾ ਠੀਕ ਹੈ ਆਸੇ-ਪਾਸੇ 11-12000 ਲੈਂਦੇ ਤੇ ਫਿਰ ਕਾਲ ਕਰਕੇ ਕਹਿੰਨੋ ਕਿ ਸਾਡੀ ਜੀ 12000 ਦਿੱਤਾ ਸੀ ਸਾਡਾ ਉੱਥੇ ਖਰਾਬ ਹੋ ਗਿਆ ਪਲੀਜ਼ ਸਾਨੂੰ ਹੁਣ ਸਾਡੇ ਕੋਲ ਰੁਪਿਆ ਵੀ ਹੈ ਨਹੀਂ ਸਾਨੂੰ ਫ੍ਰੀ ਚ ਦੇ ਦਿਓ ਇੱਕ ਪਾਸੇ ਤੁਸੀਂ 12000 ਦੇ ਦੇਣੇ ਇੱਕ ਪਾਸੇ ਤੁਸੀਂ 3000 ਵੀ ਨਹੀਂ ਦੇ ਕੇ ਰਾਜੀ ਤਾਂ ਫਿਰ ਮਾੜਾ ਹੋ ਜਾਂਦਾ ਯਾਨੀ ਫੀਸ ਆ ਜਿਹੜੀ ਉਹ ਸੋਚੀ ਆ ਉਹ ਭਾਈ 3000 ਸੋਚੀ ਆ ਤੇ ਇਹ ਮੈਨੂੰ ਲੱਗਦਾ ਨਹੀਂ ਕਿ ਪੂਰੇ ਪੰਜਾਬ ਚੋਂ ਸਭ ਤੋਂ ਘੱਟ ਫੀਸ ਹੋਊਗੀ ਜਿੰਨਾ ਜ਼ਿਆਦਾ ਇਹਨੂੰ ਐਂ ਕਹ ਲੋ ਵੀ ਐਕਸਪਲੇਨ ਕਰੂੰਗਾ ਤਾਂ ਪਤਾ ਲੱਗੂਗਾ ਕਿ ਹਾਂ ਯਾਰ ਵਾਕਈ ਇਹ ਚੀਜ਼ ਹੈ ਜਿਹੜੀ ਤੇ ਨਹੀਂ ਮਿਲ ਸਕਦੀ ਇਹ ਐਕਚੁਅਲੀ ਆਪਣੀ ਅਕੈਡਮੀ ਦਿੱਲੀ ਕੰਨੀ ਵਰਕ ਕਰਦੀ ਹੈ ਦਿੱਲੀ ਦਿੱਲੀ ਵਾਂਗੂ ਵਰਕ ਕਰਦੀ ਹੈ ਕਿਉਂਕਿ ਓਬਵੀਅਸ ਗੱਲ ਹੈ ਕਿ ਸਾਰਾ ਕੁਝ ਪੜਿਆ ਪੜਾਇਆ ਉਧਰੋਂ ਹੈ ਐਂਡ ਉਹ ਹੀ ਜੀ ਐਨਵਾਇਰਨਮੈਂਟ ਦੇ ਵਿੱਚ ਰਹੇ ਆ ਤੇ ਉੱਥੇ ਫੀਸਾਂ ਓਬਵੀਅਸ ਗੱਲ ਆ ਆਨਲਾਈਨ ਦੇ ਵਿੱਚ ਘੱਟ ਆ ਆਪਣੇ ਪੰਜਾਬ ਦੇ ਵਿੱਚ ਪਤਾ ਨਹੀਂ ਕਿਉਂ ਜ਼ਿਆਦਾ ਲੈਂਦੇ ਆ ਉਹ ਅੱਡ ਗੱਲ ਆ ਚਲੋ ਖੈਰ ਤਾਂ ਆਹ ਭਾਈ ਤੁਹਾਡੀ 3000 ਫੀਸ ਹੈ ਐਂਡ ਇਵਨ ਕਿ ਜਿਹੜੇ ਨੈਬ ਸਟੂਡੈਂਟਸ ਹੋਣਗੇ ਨਾਬ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਆ ਜਿਹੜੇ ਆਲਰੇਡੀ ਹੈਗੇ ਆ ਉਹ ਥਿਊਰੀ ਮੇਰੇ ਤੋਂ ਪੜਨਾ ਚਾਹੁੰਦੇ ਪਹਿਲਾਂ ਕਿਸੇ ਹੋਰ ਟੀਚਰਾਂ ਨੇ ਪੜਾਇਆ ਸੀਗਾ ਉਹ ਥਿਊਰੀ ਵੀ ਉਨੀ ਡਿਟੇਲ ਦੇ ਵਿੱਚ ਮੇਰੇ ਤੋਂ ਪੜਨਾ ਚਾਹੁੰਦੇ ਨੇ ਬਾਕੀ ਪੋਰਸ਼ਨਸ ਦੀ ਵੀ ਠੀਕ ਹੈ ਸੋ ਭਾਈ ਭਾਈ ਗੱਲ ਇਹ ਆ ਕਿ ਉਹਨਾਂ ਨੂੰ 50% ਦਾ ਡਿਸਕਾਊਂਟ ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਐਮਸੀਕਿਊ ਦੇ ਵਿੱਚ ਆ ਜਿਹੜੇ ਨੈਮ ਤਸਵੀਲਦਾਰ ਦੇ ਫੁੱਲ ਕੋਰਸ ਦੇ ਵਿੱਚ ਆ ਉਹਨਾਂ ਨੂੰ ਕੁਝ ਲੈਣ ਦੀ ਲੋੜ ਨਹੀਂ ਕਿਉਂਕਿ ਜਿਹੜੇ ਲੈਕਚਰ ਮੈਂ ਇੱਥੇ ਪਾਉਂਗਾ ਉਹ ਨੈਮ ਤਸਵੀਲਦਾਰ ਦੇ ਵਿੱਚ ਵੀ ਪਹਿਣਗੇ ਜਿਹੜੇ ਕੋਪਰੇਟ ਇਨਸਪੈਕਟਰ ਦੇ ਵਿੱਚ ਆਲਰੇਡੀ ਉੱਥੇ ਥੋੜੇ-ਬਹੁਤ ਲੈਕਚਰ ਰਹਿੰਦੇ ਆ ਉੱਥੇ ਪਹਿਣਗੇ ਪਹਿਣਗੇ ਸੋ ਦੂਰ ਨਾਲ ਵਾਰੀ ਕੱਲੇ ਐਮਸੀਕਿਊ ਵਾਲੀ ਦੀ ਗੱਲ ਕਰਦਾ ਜਿਹੜਾ 999 ਵਾਲਾ 999 ਵਾਲਾ ਜਿਹੜਾ ਹਨਾ ਜਿਹੜੇ ਕੱਲੇ ਐਮਸੀਕਿਊ ਆ ਜੇਕਰ ਉਹ ਥਿਊਰੀ ਪੋਰਸ਼ਨ ਪੜ੍ਹਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ 50% ਡਿਸਕਾਊਂਟ ਜਿਹੜੇ ਫੁੱਲ ਕੋਰਸ ਦੇ ਵਿੱਚ ਆ ਉਹਨਾਂ ਨੂੰ ਨਹੀਂ ਲੈਣ ਦੀ ਲੋੜ ਉਹ ਲੈਕਚਰ ਕੋਪਰੇਟਿਵ ਇਨਸਪੈਕਟਰ ਵਾਲੇ ਐਡ ਹੋ ਜਾਣਗੇ ਜਿਹੜਾ ਸੈਕੰਡ ਬੈਚ ਹਨ ਐਪਚੀਲਦਾਰ ਦਾ ਰਾਈਟ ਹੈ ਸੋ ਮੇਰੇ ਹਿਸਾਬ ਨਾਲ ਤੁਸੀਂ ਸਮਝ ਗਏ ਹੋਵੋਗੇ ਤੇ ਬਾਕੀ ਕੋਈ ਵੀ ਪੋਰਸ਼ਨ ਦੇ ਵਿੱਚ ਹੈਗਾ ਚਾਹੇ ਉਹ ਮੈਥ ਦੇ ਵਿੱਚ ਆ ਚਾਹ ਪਲੀਜ਼ ਹੱਥ ਜੋੜ ਕੇ ਮਾਫੀ ਇਸ ਵਾਰ ਮੈਂ ਖੁਦ ਆਪਣੇ ਇੱਕ ਕਹਿ ਲਓ ਵੀ ਸੈੱਟ ਕੀਤਾ ਰੂਲ ਕਿ ਯਾਰ ਫੀਸ ਨਹੀਂ ਕੱਟ ਕਰਨੀ ਕਿਉਂਕਿ ਕਾਫੀ ਸਟੂਡੈਂਟ ਆ ਜਿਹੜੇ ਇਸ ਚੀਜ਼ ਦਾ ਵੈਸੇ ਹੀ ਫਾਇਦਾ ਲੈ ਜਾਂਦੇ ਵੈਸੇ ਹੀ ਗੱਲਾਂ ਬਾਤਾਂ ਕਰਕੇ ਕਿ ਸਰ ਜੀ ਆਏ ਆ ਜੀ ਝੂਠ ਮਾਰ ਦਿੰਦੇ ਯਾਨੀ ਕਹਿਣ ਦਾ ਮਤਲਬ ਜਿਹੜੇ ਅਸਲੀ ਸਟੂਡੈਂਟ ਹੋ ਰਹੇ ਜਾਂਦੇ ਆ ਰਾਈਟ ਸੋ ਮੈਂ ਫ੍ਰੀ ਬਹੁਤ ਸਾਰੇ ਸਟੂਡੈਂਟ ਨੂੰ ਆਲਰੇਡੀ ਪੜਾ ਰਿਹਾ ਹਾਂ ਚੀਜ਼ਾਂ ਬੋਲੀਆਂ ਨਹੀਂ ਜਾਂਦੀਆਂ ਆਉਂਦੀਆਂ ਪਰ ਫਿਰ ਵੀ ਮੈਂ ਇਹ ਚੀਜ਼ ਬਲੀਵ ਰੱਖਦਾ ਕਿ ਜਦੋਂ ਮੈਂ ਮਿਹਨਤ ਕਰ ਰਿਹਾ ਇੰਨਾ ਕੁਝ ਪੜਾ ਰਿਹਾਗਾ ਆਪਣਾ ਟਾਈਮ ਕੱਢ ਕੇ ਤਾਂ ਫਿਰ ਤੁਹਾਨੂੰ ਵੀ ਮੈਨੂੰ ਲੱਗਦਾ ਉਹਨਾਂ ਕ ਐਗਰੀ ਮੇਰੇ ਨਾਲ ਕਰਨਾ ਚਾਹੀਦਾ ਹੈ ਰਾਈਟ ਸੋ ਬਾਕੀ ਫੀਸ ਵਗੈਰਾ ਜਿਹੜੀ ਹੈਗੀ ਉਹ ਵਧਣ ਦੇ ਸਾਨ ਆਹ ਬੇਸਿਕ ਹੈ ਯਾਨੀ ਇਸ ਤੋਂ ਬਾਅਦ ਵੱਧ ਭਾਵੇਂ ਜਾਵੇ ਘਟਦੀ ਨਹੀਂ ਰਾਈਟ ਸੋ ਪਲੀਜ਼ ਇੰਨੀਆਂ ਕਾਲਸ ਕਰਕੇ ਮੈਨੂੰ ਨਾ ਕਹੋ ਕਿ ਫੀਸ ਘਟਾ ਦਿਓ ਸਰ ਠੀਕ ਹੈ ਸਪਾਰਸ਼ਾ ਵਗੈਰਾ ਵੀ ਨਾ ਲੈ ਕੇ ਆਓ ਜਿਹੜੇ ਸਟੂਡੈਂਟਸ ਜਾਣਦੇ ਆ ਪਰਸਨਲੀ ਹਾਂ ਜੇਕਰ ਬਹੁਤ ਹੀ ਜ਼ਿਆਦਾ ਕੋਈ ਬਹੁਤ ਹੀ ਜ਼ਿਆਦਾ ਜਿਹੜੂ ਕਹਿੰਦੇ ਵੀ ਹਾਂ ਕੋਈ ਬਹੁਤ ਮਜਬੂਰ ਹੈ ਉਹ ਮੈਨੂੰ ਜ਼ਰੂਰ ਕਹਿ ਸਕਦਾ ਮੈਂ ਉੱਥੇ ਕੰਸੈਸ਼ਨ ਕਰ ਵੀ ਸਕਦਾ ਬਟ ਬਲੀਵ ਮੀ ਕਿ ਜਿੰਨੀ ਮਿਹਨਤ ਮੇਰੀ ਲੱਗਦੀ ਆ ਇੰਨਾ ਕਿ ਤੁਸੀਂ ਥੋੜਾ ਜਿਹਾ ਮੇਰੇ ਨਾਲ ਕੋਆਪਰੇਟਿਵ ਕਰ ਸਕਦੇ ਹੋ ਕਾਪਰੇਟਿਵ ਕਹਿ ਗਿਆ ਉਹਨੂੰ ਕਾਪਰੇਟਾ ਹੈ ਨਾ ਕਾਪਰੇਟ ਇਨਸਪੈਕਟਰ ਦੀ ਤਿਆਰੀ ਕਰਦੇ ਤਾਂ ਕਾਪਰੇਟਰ ਤੁਹਾਨੂੰ ਕਰਨਾ ਆਉਣਾ ਚਾਹੀਦਾ ਠੀਕ ਹੈ ਸੋ ਬਾਕੀ ਇਹ ਐਪਲੀਕੇਸ਼ਨ ਤੇ ਤੁਹਾਨੂੰ ਕੋਰਸ ਆ ਜਿਹੜਾ ਮਿਲ ਜੂਗਾ ਕਾਪਰੇਟ ਇਨਸਪੈਕਟਰ ਦੇ ਨਾਮ ਨਾਲ ਤੇ ਤੁਸੀਂ ਜਲਦੀ ਤੋਂ ਜਲਦੀ ਪਰਚੇਸ ਕਰ ਲਓ ਇਹਨੂੰ ਠੀਕ ਹੈ ਤੇ ਜਿਹੜੀ ਹੈਗੀ ਆ ਭਾਈ ਕਲਾਸਿਸ ਜਿਹੜੀ ਤੁਹਾਡੀ ਕਲਾਸਿਸ ਯਾਨੀ ਕਿ ਲੱਗਣੀ ਹੈ ਸਟਾਰਟ ਹੋਣਗੀਆਂ ਕਲਾਸਿਸ ਜਿਹੜੀਆਂ ਤੁਹਾਡੇ ਲੱਗਣੇ ਸਟਾਰਟ ਹੋਣਗੀਆਂ ਅੱਜ ਹੈਗੀ 3 ਤਰੀਕ ਠੀਕ ਹੈ 3 ਤਰੀਕ ਅੱਜ ਦੀ ਹੈ ਨਾ ਹੂੰ हां क्लासेस ਜਿਹੜੀ ਤੁਹਾਡੇ ਲੱਗਣੇ ਸਟਾਰ ਹੋਣਗੇ ਕਿਉਂਕਿ ਆਪਾਂ 7-8 ਜਨਵਰੀ ਤੱਕ ਕਵਰ ਕਰਨਾਗਾ ਤਾਂ ਇਹ ਤੁਹਾਡੀ 5 ਜਿਹੜੀ ਹੈਗੀ 5 ਦਸੰਬਰ ਤੋਂ ਕਲਾਸਾਂ ਲੱਗਣ ਲੱਗ ਜਾਣਗੇ ਯਾਨੀ ਪਰਸੋਂ ਤੋਂ ਹੀ ਜਿਆਦਾ ਦਿਨ ਵੇਸਟ ਨਹੀਂ ਕਰਨੇ ਅੱਜ 3 ਦਸੰਬਰ ਨੂੰ ਮੈਂ ਲਾਂਚ ਕੀਤਾਗਾ ਤਾਂ 4 ਦਸੰਬਰ ਦਾ ਇੱਕ ਦਿਨ ਰੱਖ ਦਿੰਨੇ ਆ ਜਿਨ੍ਹਾਂ ਨੇ ਆਉਣਾ ਹੋਇਆ ਆ ਜਾਣਗੇ 5 ਦਸੰਬਰ ਨੂੰ ਤੁਹਾਨੂੰ ਕਲਾਸਿਸ ਜਿਹੜੀਆਂ ਹੈਗੀਆਂ ਉਹ ਅਪਡੇਟ ਹੋ ਕੇ ਮਿਲਣ ਲੱਗ ਜਾਣਗੀਆਂ ਫੋਲਡਰ ਬਣ ਜਾਣਗੇ ਪ੍ਰੋਪਰ ਤਰੀਕੇ ਦੇ ਨਾਲ ਜਿਵੇਂ ਤੁਸੀਂ ਆਹ ਲੈਕਚਰ ਦੇਖ ਰਹੇ ਹੋ ਐਮ ਐ ਫੋਲਡਰ ਬਣ ਜਾਣਗੇ ਤੁਹਾਨੂੰ ਕਲਾਸਿਸ ਦੀ ਅਪਡੇਟ ਵਗੈਰਾ ਮਿਲਣ ਲੱਗ ਜਾਣੀ ਹੈ ਬਾਕੀ ਤੁਸੀਂ ਮੈਸੇਜ ਕਰਕੇ ਕਦੇ ਵੀ ਫੋਨ ਕਰਕੇ ਪੁੱਛ ਸਕਦੇ ਯਾਨੀ ਜਿਹੜਾ ਤੜਪ 5 ਦਸੰਬਰ ਨੂੰ ਟਾਈਮ ਟੇਬਲ ਤੁਹਾਨੂੰ ਇੱਕ ਹਫਤੇ ਦਾ ਮਿਲ ਜਾਊਗਾ ਪ੍ਰੋਪਰ ਇੱਕ ਹਫਤੇ ਦਾ ਟਾਈਮ ਟੇਬਲ ਤੁਹਾਨੂੰ ਮਿਲ ਜਾਣਾ ਕਿ ਭਾਈ ਅਗਲੇ ਹਫਤੇ ਤੱਕ ਜਿਹੜੀਆਂ ਕਿਹੜੇ ਕਿਹੜੇ ਲੈਕਚਰ ਲੱਗਣਗੇ ਰਾਈਟ ਹੈ ਸੋ ਥੈਂਕ ਯੂ ਵੈਰੀ ਮੱਚ ਬਾਬਾ ਮਿਹਰ ਕਰੇ ਚਾਰਦੀ ਕਲਾ ਚੋ ਇਸ ਤਰੀਕੇ ਨਾਲ ਪੜ੍ਹਦੇ ਰਹੋ ਕੋਈ ਵੀ ਡਾਊਟ ਆ ਫਿਰ ਵੀ ਤੁਸੀਂ ਪੁੱਛ ਸਕਦੇ ਹੋ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਦੱਸਦਾ ਕੋਈ ਵੀ ਹੋਰ ਕਿਤਾਬ ਪੜ੍ਹਨ ਦੀ ਲੋੜ ਨਹੀਂ ਹੈ ਜਿੰਨਾ ਮੈਂ ਪੜ੍ਹਾਉਂਗਾ ਓਨਾ ਇਨਾਫ ਹੈ ਤੇ ਜੇ ਕੋਈ ਲੋੜ ਪਈ ਤਾਂ ਮੈਂ ਆਪ ਤੁਹਾਨੂੰ ਉਹ ਯਾਨੀ ਕਿ ਪੀਡੀਐਫ ਫਾਰਮ ਦੇ ਵਿੱਚ ਦਊਂਗਾ ਵੀ ਹਾਂ ਤੁਸੀਂ ਇੱਥੋਂ ਪੜ੍ਹ ਲਓ ਇੱਥੋਂ ਪੜ੍ਹ ਲਓ ਆਹ ਚੀਜ਼ ਜੀ ਇੱਥੇ ਇੰਪੋਰਟੈਂਟ ਆ ਆਹ ਚੀਜ਼ ਜੀ ਇੱਥੇ ਇੰਪੋਰਟੈਂਟ ਹੈ ਠੀਕ ਹੈ ਸੋ ਮੇਰੇ ਸਾਹਬ ਦੇ ਨਾਲ ਤੁਸੀਂ ਸਮਝ ਗਏ ਹੋਗੇ ਸੋ ਥੈਂਕ ਯੂ ਵੈਰੀ ਮੱਚ ਬਾਬਾ ਮਿਹਰ ਕਰੇ ਚਾਰਦੀ ਕਲਾ ਚੋ ਇਸ